ਸ਼ਮਾ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਅੱਜ ਦਿਨ ਹੈ ਜੀ, ਮੰਗਲਵਾਰ, ਤਰੀਕ ਹੈ 9 ਜੁਲਾਈ। ਸੋ ਤੁਸੀਂ ਸਾਡੇ ਨਾਲ ਇਸ ਵਕਤ ਬਠਿੰਡਾ ਤੋਂ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਕੋਅਪ ਟਰੱਕ ਐਂਡ ਹੈਵੀ ਇਕੁਇਪਮੈਂਟ ਰਿਪੇਅਰ ਵੱਲੋਂ। ਦੋ ਲੋਕੇਸ਼ਨਾਂ ਦੇ ਉੱਤੇ ਇਹ ਤੁਹਾਡੀ ਸੇਵਾ ਦੇ ਵਿੱਚ ਨੇ, ਜਿੱਥੇ ਤੁਹਾਡੇ ਐਕਸਲ, ਡਰਾਈਵ ਐਕਸਲ, ਸਟੀਅਰਿੰਗ ਐਕਸਲ, ਡੰਪ ਟ੍ਰੇਲਰ ਬਾਕਸ ਨਵੀਂ ਤਕਨੀਕ ਨਾਲ ਤਕਲੇ ਵਾਂਗੂ ਵਧੀਆ ਤਸੱਲੀ ਨਾਲ ਸਿੱਧਾ ਕਰਦੇ ਨੇ। ਟਰੱਕਾਂ ਦੀ ਸਟਰਕਚਰ ਸੇਫਟੀ ਵੀ ਕੀਤੀ ਜਾਂਦੀ ਹੈ। ਪਹਿਲੀ ਲੋਕੇਸ਼ਨ ਹੈ ਜੀ 7405 ਕਿੰਬਲ ਸਟਰੀਟ ਮਿਸੀਗਾਸਾ ਦੇ ਵਿੱਚ, ਅਤੇ ਦੂਸਰੀ ਲੋਕੇਸ਼ਨ ਹੈ ਜੀ 36 ਪਾਇਨੀ ਡਰਾਈਵ ਏਰਿਨ ਅੰਟੇਰੀਓ ਦੇ ਵਿੱਚ। ਕੁਲਦੀਪ ਸਿੰਘ ਗਰੇਵਾਲ ਹੋਰਾਂ ਦੇ ਨਾਲ 4162544599, ਅਤੇ ਬਿਜ਼ਨਸ ਦਾ ਸਿੱਧਾ ਨੰਬਰ ਹੈ 9056713647 'ਤੇ ਕਾਲ ਕਰਕੇ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦੇਣ 'ਤੇ ਚੰਗਾ ਇੱਜ਼ਤਮਾਨ ਕੀਤਾ ਜਾਏਗਾ। ਹਰ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣ ਦੇ ਲਈ ਸੈਟਲ ਦੇ ਆਲੇ ਦੁਆਲੇ ਹਮੇਸ਼ਾ ਯਾਦ ਰੱਖੋ ਗੁਰਿੰਦਰ ਗਰੇਵਾਲ ਹੋਰਾਂ ਨੂੰ 206-941-5454 'ਤੇ। ਅਕਾਊਂਟਸ, ਬੁੱਕ ਕੀਪਿੰਗ, ਟੈਕਸਿਸ ਦੀ ਹੈਲਪ ਲੈਣੀ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਹਲ ਅਤੇ ਲੋਕਪਾਲ ਸਿੰਘ ਸੋਹਲ ਹੋਰਾਂ ਦੇ ਨਾਲ, ਕੈਂਟ ਵਾਸ਼ਿੰਗਟਨ ਦੇ ਵਿੱਚ 253-520-8886 'ਤੇ ਕਾਲ ਕਰ ਸਕਦੇ ਹੋ। ਸੈਟਲ ਦੀ ਵਾਸ਼ਿੰਗਟਨ ਫਰੇਟ ਸਰਵਿਸ ਲੋਕਲ ਏਰੀਆ ਜੋਬ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰ ਨੂੰ ਹਾਇਰ ਕਰ ਰਹੀ ਹੈ ਜੀ। ਚੰਗੀ ਮਾਈਲੇਜ, ਚੰਗੀਆਂ ਸਹੂਲਤਾਂ, ਚੰਗਾ ਬੋਨਸ। ਜਗਦੇਵ ਸੰਧੂ ਹੋਰਾਂ ਨੂੰ 253-266-6924 ਅਤੇ ਗੁਰਵਿੰਦਰ ਧਾਲੀਵਾਲ ਦੇ ਨਾਲ 206-354-4060 'ਤੇ ਕਾਲ ਕਰ ਸਕਦੇ ਹੋ। ਚੰਗਾ ਵਕੀਲ ਲੱਭ ਰਹੇ ਹੋ ਜਿਹੜਾ ਤੁਹਾਡੀ ਟਾਲ ਮਟੋਲ ਨਾ ਕਰੇ, ਫੀਸ ਲੈ ਕੇ ਅਤੇ ਤੁਹਾਡੀ ਪੈਰਵਾਈ ਵੀ ਚੰਗੀ ਤਰ੍ਹਾਂ ਨਾ ਕਰੇ, ਤਾਂ ਸਾਰੇ ਅਮਰੀਕਾ ਦੇ ਵਿੱਚ ਹੀ ਤੁਸੀਂ ਕੇਸ ਆਪਦਾ ਅਸਾਈਲਮ ਦਾ ਪੱਕੇ ਹੋਣ ਦਾ ਲੜਨਾ, ਤਾਂ ਐਮੀ ਗੈਲ ਹੋਰਾਂ ਦੇ ਨਾਲ ਨਿਊਯਾਰਕ ਦੇ ਸਮੇਂ ਮੁਤਾਬਕ 212-619-2859 'ਤੇ ਕਾਲ ਕਰ ਸਕਦੇ ਹੋ। ਜਾਂ ਇਹਨਾਂ ਦੇ ਚੀਫ ਇਮੀਗ੍ਰੇਸ਼ਨ ਕੰਸਲਟੈਂਟ ਰਾਜਵੀਰ ਸਿੰਘ ਹੋਰਾਂ ਨਾਲ 718-612-1188 'ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਇਸ ਵਕਤ ਸਟੂਡੀਓ 'ਚ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਗੱਲ ਤਾਂ ਚੋਣ ਪ੍ਰਚਾਰ ਦੀ ਵੀ ਕਰਨੀ ਹੈ, ਕਿਉਂਕਿ ਚੋਣ ਪ੍ਰਚਾਰ ਬੰਦ ਹੋ ਗਿਆ, ਪਰ ਕਿਉਂਕਿ ਮਸਲਾ ਇੱਕ ਬੜਾ ਗੰਭੀਰ ਹੈ, ਲੰਮੇ ਸਮੇਂ ਤੋਂ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਕਾਲੀ ਸਿਆਹੀ ਦੇ ਨਾਲ ਬਣਾ ਰਹੀਆਂ ਨੇ, ਮਸਲਾ ਹੈਗਾ ਜੀ ਬਿਕਰਮ ਸਿੰਘ ਮਜੀਠੀਆ ਦੇ ਕੇਸ ਦਾ। ਕਹਿੰਦੇ SIT 6-5 'ਚ ਪਈ ਫਿਰਦੀ ਹੈ, ਅੰਦਰ ਬਿਆਨ ਹੋਰ, ਬਾਹਰ ਬਿਆਨ ਹੋਰ, ਸਰਕਾਰ ਵਾਂਗੂ ਦੇ U-turn 'ਤੇ U-turn। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਿਹੋ ਜਿਹੀ ਸੂਟੀ ਜੀ ਉਹੋ ਜਿਹਾ ਸੂਟੀ ਦਾ ਮੁਕਲਾਵਾ। ਠੀਕ ਹੈ ਜੀ, ਹਾਂ ਸੁਣਿਆ ਗੱਲ, ਸੁਣਿਆ ਨਾ। ਹਾਂ, ਇਸ ਕਰਕੇ ਸ਼ਾਸਨ ਪ੍ਰਸ਼ਾਸਨ ਦੇ ਉੱਤੇ ਵੀ ਹਕੂਮਤ ਦਾ ਪ੍ਰਭਾਵ ਹੁੰਦਾ ਹੈ ਜੀ। ਬਿਲਕੁਲ, ਜੇ ਆਪਾਂ ਦੇਖੀਏ ਕਿ ਉਹੀ ਪੁਲਿਸ ਹੈ, ਉਹੀ ਅਫਸਰ ਹੈ, ਉਹੀ DC ਹੈ ਜੀ, ਅਤੇ ਉਹੀ ਜਿਹੜੇ ਹੈਗੇ ਵੱਡੇ ਆਪਾਂ ਕਹਿ ਸਕਦੇ ਹਾਂ ਸੈਕਰੇਟਰੀ ਹੈ, ਅੱਜ ਇਹਨਾਂ ਦੀ ਸਥਿਤੀ ਕੀ ਹੈ ਜੀ? ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਜੋੜੀ ਰਾਜਭਾਗ ਕਰਦੀ ਹੁੰਦੀ ਸੀ, ਉਦੋਂ ਸਥਿਤੀ ਕੀ ਹੁੰਦੀ ਸੀ ਜੀ? ਅਤੇ ਜਦੋਂ ਮਹਿਲਾਂ 'ਚੋਂ ਨਾਂ ਨਿਕਲਣ ਵਾਲਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ, ਅਤੇ ਉਦੋਂ ਸਥਿਤੀ ਕੀ ਹੁੰਦੀ ਸੀ? ਇਹ ਆਪਣੇ ਸਾਹਮਣੇ, ਅਤੇ ਹੁਣ ਸਥਿਤੀ ਜਿਹੜੀ ਹੈਗੀ ਸ਼ਾਸਨ ਪ੍ਰਸ਼ਾਸਨ ਦੀ ਕੀ ਆਪਾਂ ਇੱਥੇ ਕਹਿ ਸਕਦੇ ਹਾਂ ਜੀ? ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜਾ ਮੁਕੱਦਮਾ ਬਣਿਆ ਹੈ, ਹਾਂਜੀ, ਇਹ ਮੁਕੱਦਮਾ ਦਾਨੇਵਾਲੀਆ ਸਾਹਿਬ, ਜਿਹੜੀ ਚਰਨਜੀਤ ਸਿੰਘ ਚੰਨੀ ਵਾਲੀ ਸਰਕਾਰ ਸੀ ਜੀ, ਉਸ ਸਰਕਾਰ ਦੇ ਦੌਰਾਨ ਬਣਿਆ ਸੀ
ਔਰ ਚਰਨਜੀਤ ਸਿੰਘ ਚੰਨੀ ਸ਼ਾਇਦ ਉਹ ਮੁਕੱਦਮਾ ਨਾ ਬਣ ਪਾਉਂਦਾ ਜੀ। ਉਹ ਮੁਕੱਦਮਾ ਬਣਵਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਨਵਜੋਤ ਸਿੰਘ ਸਿੱਧੂ ਦਾ ਸੀ। ਠੀਕ ਹੈ ਜੀ। ਕਿਉਂਕਿ ਬੀ ਕੇ ਭਾਵੜਾ ਸਾਹਿਬ ਲਾਗੇ ਸੀ ਡੀ ਜੀ ਪੀ, ਔਰ ਉਹ ਤੋਂ ਪਹਿਲਾਂ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਤਰ੍ਹਾਂ ਦਾ ਲਟਕਿਆ ਹੋਇਆ ਸੀ ਜੀ। ਲਟਕਿਆ ਇਸ ਵਾਸਤੇ ਸੀ ਕਿ ਜਿਹੜੀ ਇੱਕ ਐੱਸ ਆਈ ਟੀ ਬਣੀ ਸੀ ਜੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ, ਉਸ ਐੱਸ ਆਈ ਟੀ ਨੇ ਇੱਕ ਰਿਪੋਰਟ ਦਿੱਤੀ ਸੀ ਜੀ। ਉਹ ਰਿਪੋਰਟ ਜਿਹੜੀ ਹੈਗੀ ਹੈ, ਰਿਪੋਰਟਾਂ ਤਾਂ ਤਿੰਨ ਸੀ ਹਾਂਜੀ, ਉਹਦੇ ਵਿੱਚ ਮੇਰਾ ਖਿਆਲ ਫਿਰ ਚਟੋਪਾਧਿਆ ਸਾਹਿਬ ਆ ਗਏ ਸੀਗੇ ਬਾਅਦ ਦੇ ਵਿੱਚ ਇੱਕ ਹੋਰ ਐੱਸ ਆਈ ਟੀ 'ਚ, ਇੱਕ ਰਿਪੋਰਟ ਉਹ ਸੀ ਜੋ ਉਹਨਾਂ ਨੇ ਗੱਲ ਕਹੀ ਸੀ। ਉਹ ਰਿਪੋਰਟ ਜਿਹੜੀ ਉਹ ਜਨਤਕ ਨਹੀਂ ਸੀ ਹੁੰਦੀ ਜੀ। ਅਲਟੀਮੇਟਲੀ ਇੱਥੇ ਫਿਰ ਪ੍ਰੈਸ਼ਰ ਵਗੈਰਾ ਪਾ ਕੇ ਇਹਨਾਂ ਨੇ ਜਨਤਕ ਕਰਵਾ ਲਈ, ਅਤੇ ਉਹਨਾਂ ਨੇ ਕਿਹਾ ਸੀ ਇਹਦੇ 'ਤੇ ਕੁਛ ਹੋਣਾ ਚਾਹੀਦਾ। ਠੀਕ ਹੈ ਜੀ। ਤਾਂ ਨਵਜੋਤ ਸਿੰਘ ਸਿੱਧੂ ਦੇ ਦਬਾਅ ਦੀ ਵਜ੍ਹਾ ਕਾਰਨ ਬੀ ਕੇ ਭਾਵੜਾ ਸਾਹਿਬ ਨੇ ਹੁਕਮ ਦੇ ਤਾ ਕਿ ਜੀ ਐੱਫ ਆਈ ਆਰ ਦਰਜ ਕਰੋ, ਅਤੇ ਐੱਫ ਆਈ ਆਰ ਦਰਜ ਹੋਊਗੀ। ਠੀਕ ਹੈ। ਉਹ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵੀ ਹੋ ਗਈ ਜੀ। ਭੱਜਿਆ ਤਾਂ ਬੰਦਾ ਹੈ ਹੀ ਨਹੀਂ ਸੀ। ਅੱਛਾ। ਗ੍ਰਿਫਤਾਰੀ ਹੋ ਗਈ। ਗ੍ਰਿਫਤਾਰੀ ਹੋਣ ਤੋਂ ਬਾਅਦ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਕਿ ਮੈਂ ਲੜਨੀ ਹੈ ਚੋਣ। ਠੀਕ ਹੈ। ਅਤੇ ਮੈਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ, ਅਤੇ ਮਾਣਯੋਗ ਅਦਾਲਤ ਨੇ ਉਹਨੂੰ ਚੋਣ ਲੜਨ ਦੀ ਹਾਈ ਕੋਰਟ ਨੇ ਇਜਾਜ਼ਤ ਦੇ ਦਿੱਤੀ ਸੀ, ਉਹ ਬਾਹਰ ਰਿਹਾ। ਠੀਕ ਹੈ। ਅਤੇ ਜਿੱਦਣ ਉਹਨੇ ਚੋਣ ਆਪਦੀ ਮੁਕੰਮਲ ਕਰ ਲਈ, ਚਲੋ ਹਾਰ ਤਾਂ ਹੋਈ, ਉੱਥੇ ਆਮ ਆਦਮੀ ਪਾਰਟੀ ਵਾਲੇ ਜਿੱਤ ਗਏ ਸੀ, ਉਹ ਵਾਪਸ ਜੇਲ੍ਹ ਦੇ ਵਿੱਚ ਫਿਰ ਚਲਾ ਗਿਆ ਜੀ। ਲਗਭਗ ਪੌਣਾ ਬਰਾ ਜੇਲ੍ਹ ਦੇ ਵਿੱਚ ਉਹਨਾਂ ਨੇ ਬਿਤਾਇਆ, ਅਤੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਉਹਨਾਂ ਨੂੰ ਮਿਲ ਗਈ ਜ਼ਮਾਨਤ। ਜ਼ਮਾਨਤ ਉਦੋਂ ਤੋਂ ਬਾਹਰ ਹੈ। ਜ਼ਮਾਨਤ ਮਿਲੀ ਨੂੰ ਦਾਨੀਆਲੀਆ ਸਾਹਿਬ ਕਿੰਨਾ ਸਮਾਂ ਹੋ ਗਿਆ, ਪਰ ਦੋ ਸਾਲ ਤਾਂ ਸਰਕਾਰ ਦੇ ਉਹ ਤੋਂ ਬਾਅਦ ਤਫਤੀਸ਼ ਚੱਲੀ ਜਾਂਦੀ ਹੈ। ਪਹਿਲੀ ਜਿਹੜੀ ਐੱਸ ਆਈ ਟੀ ਬਣੀ ਸੀ, ਉਹ ਐੱਸ ਆਈ ਟੀ ਬਣੀ ਸੀ ਸ਼ੀਨਾ ਸਾਹਿਬ ਦੀ ਅਗਵਾਈ ਹੇਠ ਜੀ। ਸ਼ੀਨਾ ਸਾਹਿਬ ਏ ਡੀ ਜੀ ਪੀ ਹੁੰਦੇ ਸੀ, ਪਹਿਲਾਂ ਆਈ ਜੀ ਸੀ, ਫਿਰ ਉਹਨੂੰ ਏ ਡੀ ਜੀ ਪੀ ਬਣਾਤਾ ਸੀ। ਸਰਕਾਰ ਨੂੰ ਇਹ ਉਮੀਦ ਸੀ ਕਿ ਸ਼ੀਨਾ ਸਾਹਿਬ ਨੇ ਛੱਡਣਾ ਨਹੀਂ ਜੀ, ਮਜੀਠੀਏ ਨੂੰ ਅੰਦਰ ਦੇ ਦੇਣੇ, ਪਰ ਬੰਦਾ ਰਿਟਾਇਰਮੈਂਟ ਦੇ ਨੇੜੇ, ਰਿਟਾਇਰਮੈਂਟ ਦੇ ਨੇੜੇ ਨਹੀਂ, ਆਪਾਂ ਜਾਣਦੇ ਹਾਂ ਕਿ ਜਿਹੜੇ ਖਰਲ ਕੀਤੇ ਅਫਸਰ ਹੁੰਦੇ ਆ ਉਹ ਕਾਹਨੂੰ ਪੈਰ ਲਾਉਂਦੇ ਆ, ਸਰਕਾਰਾਂ ਨੂੰ ਬੜਾ ਮਤਲਬ ਉਂਗਲਾਂ 'ਤੇ ਨਚਾਉਂਦੇ ਹੁੰਦੇ ਆ ਵੀ ਜਨਾਬ ਆਹ ਕਰ ਲਾਂਗੇ ਜੀ, ਜਨਾਬ ਆਹ ਕਰ ਲਾਂਗੇ, ਜਨਾਬ ਜੀ ਹੁਣ ਆਹ ਹੋ ਗਿਆ ਜੀ, ਹੁਣ ਆਹ ਫਲਾਣਾ ਵਿੱਚੋਂ ਆ ਗਿਆ ਜੀ, ਧਮਕਾ ਗਿਆ ਕਰ ਜੀ। ਉਹ ਤੋਂ ਬਾਅਦ ਫਿਰ ਕੀ ਹੋਇਆ ਵੀ ਉਹ ਰਿਟਾਇਰ ਹੋ ਗਏ, ਅਤੇ ਉਹਨਾਂ ਦੀ ਥਾਂ ਦੇ ਉੱਤੇ ਉੱਥੇ ਡੀ ਆਈ ਜੀ ਲਾਤਾ ਹਰਚਰਨ ਸਿੰਘ ਭੁੱਲਰ, ਭੁੱਲਰ ਮਹਿਲ ਸਿੰਘ ਭੁੱਲਰ ਦਾ ਬੇਟਾ। ਹਾਂਜੀ, ਹੁਣ ਉਹ ਭੁੱਲਰ ਸਾਹਿਬ ਉੱਥੇ ਡੀ ਆਈ ਜੀ ਹੈ। ਇਹਦੀ ਉਹਨਾਂ ਨੂੰ ਮਤਲਬ ਪਹਿਲੀ ਐੱਸ ਆਈ ਟੀ ਵੀ ਅਤੇ ਹੁਣ ਵਾਲੀ ਐੱਸ ਆਈ ਟੀ ਵੀ ਮਜੀਠੀਆ ਸਾਹਿਬ ਨੂੰ ਵਾਰ ਵਾਰ ਸੰਮਣ ਭੇਜਦੇ ਰਹੇ, ਆਓ ਜੀ ਪੇਸ਼ ਹੋ ਜਾਓ ਜੀ। ਔਰ ਮੈਂ ਸਮਝਦਾ ਕਿ ਮਜੀਠੀਏ ਦੀ ਇੱਕ ਬਹੁਤ ਵੱਡੀ ਸਫਲਤਾ ਦਾ ਕਾਰਨ ਹੈ ਕਿ ਉਹ ਬੰਦਾ ਕਦੇ ਵੀ ਭੱਜਿਆ ਨਹੀਂ। ਠੀਕ ਹੈ। ਜੇ ਇੱਕ ਦੋ ਵਾਰੀ ਉਹਨੂੰ ਲੋੜ ਪੈ ਗਈ ਤਾਂ ਉਹਨੇ ਕਹਿਤਾ ਐਪਲੀਕੇਸ਼ਨ ਦਿੱਤੀ ਕਿ ਮੈਂ ਨਹੀਂ ਆ ਸਕਦਾ, ਸਾਡੀ ਆਹ ਪ੍ਰੋਬਲਮ ਹੈ, ਖਾਸ ਕਰਕੇ ਜਦੋਂ ਆਪਣਾ ਸਾਹਿਬਜ਼ਾਦਿਆਂ ਦਾ ਜਿਹੜਾ ਦਸੰਬਰ ਦੇ ਆਖਰੀ ਮਹੀਨੇ ਦੇ ਵਿੱਚ ਆਉਂਦਾ ਹੁੰਦਾ ਵੀ ਇਹ ਸਾਡਾ ਸੋਗੀ ਸਪਤਾਹ ਹੈ ਭਾਈ, ਮੈਂ ਨਹੀਂ ਆ ਸਕਦਾ ਸੀ ਤਾਂ ਆਪਣਾ ਪਾਠ ਵਗੈਰਾ ਕਰਨੀ, ਉਦੋਂ ਨਹੀਂ ਸਿਆ, ਨਹੀਂ ਤਾਂ ਜਦੋਂ ਵੀ ਬੁਲਾਉਂਦੇ ਆਉਂਦਾ ਅਤੇ ਇਕੱਲਾ ਆਉਂਦਾ ਨਹੀਂ, ਨਾਲ ਉਹ ਆਪਦੀ ਫੋਰਸ ਵੀ ਲੈ ਕੇ ਆਉਂਦਾ, ਆਪਣੇ ਬੰਦੇ ਵੀ ਲੈ ਕੇ ਆਉਂਦਾ, ਉੱਥੇ ਆ ਕੇ ਸਿੱਧਾ ਖੜ ਕੇ ਅੰਦਰ ਜਾਣ ਤੋਂ ਪਹਿਲਾਂ ਵੀ ਪੀ ਸੀ ਕਰਦਾ, ਪ੍ਰੈਸ ਕਾਨਫਰੰਸ ਦੇ ਆ ਕੇ ਵੀ ਫਿਰ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਦਾ, ਮੁੱਛਾਂ ਨੂੰ ਤਾਅ ਵੀ ਦਿੰਦਾ, ਮਤਲਬ ਵੜਨ ਤੋਂ ਪਹਿਲਾਂ ਮੁੱਛਾਂ ਨੂੰ ਖਿੱਚਦਾ, ਤਾਅ ਦਿੰਦਾ ਪੂਰੀ ਤਰ੍ਹਾਂ। ਉਹ ਆਏ ਅਤੇ ਉਹ ਜਾ ਕੇ ਉੱਥੇ ਅੰਦਰ, ਮੇਰਾ ਤਾਂ ਖਿਆਲ ਇਹ ਵੀ ਚਾਹ ਪਾਣੀ ਪਿਆ ਕੇ ਅਤੇ ਪੰਜ ਚਾਰ ਘੰਟੇ ਬਿਠਾ ਕੇ ਉਹਨੂੰ ਮੋੜ ਦਿੰਦੇ ਸੀ। ਹੁਣ ਤੁਸੀਂ ਇਹ ਦੇਖੋ ਕਿ ਕਿੰਨਾ ਲੰਬਾ ਸਮਾਂ ਗਿਆ, ਅਤੇ ਮਜੀਠੀਏ ਦੀ ਜਿਹੜੀ ਹੈਗੀ ਹੈ ਦਲੀਲ ਵੀ ਇਹੀ ਹੈ ਜੀ ਕਿ ਮੈਨੂੰ ਜ਼ਮਾਨਤ 'ਤੇ ਬਾਹਰ ਆਏ ਨੂੰ ਕਿੰਨੀ ਦੇਰ ਹੋ ਗਈ, ਉਹ ਤੋਂ ਪਹਿਲਾਂ ਮਤਲਬ ਜਿਹੜਾ ਹੈਗਾ ਕੇਸ ਦਰਜ ਹੋ ਗਿਆ, ਕੇਸ ਦਰਜ ਹੋਣ ਤੋਂ ਲੈ ਕੇ ਹੁਣ ਤੱਕ ਕੀ ਪੰਜਾਬ ਪੁਲਿਸ ਜਿਹੜੀ ਐਡੀ ਕਾਬਲ ਪੁਲਿਸ ਹੈ ਹਾਂਜੀ, ਜਿਹਦੇ ਬਾਰੇ ਸਮਝਾਇਆ ਜਾਂਦਾ ਕਿ ਇਹ ਤਾਂ ਜੀ ਬੜੀ ਕਾਬਲ ਆ, ਹੁਣ ਡੀ ਜੀ ਪੀ ਸਾਹਿਬ ਨੇ ਪੱਥਰਾਂ ਨੂੰ ਬੋਲਣ ਲਾ ਦਿੰਦੀ, ਪੱਥਰਾਂ ਨੂੰ ਬੋਲਣ ਲਾ ਦਿੰਦੀ, ਇਹਨੇ ਅੱਤਵਾਦ ਕਾਬੂ ਕੀਤਾ, ਉਹਨਾਂ ਤੋਂ ਇੱਕ ਬੰਦੇ ਦੀ ਤਫਤੀਸ਼ ਨਹੀਂ ਜੇ ਪੂਰੀ ਹੋਈ ਜੀ, ਅਤੇ ਜੇ ਤਫਤੀਸ਼ ਪੂਰੀ ਹੋਈ ਹੁੰਦੀ ਤਾਂ ਹੁਣ ਚਾਰਜ ਸ਼ੀਟ ਜਿਹਨੂੰ ਆਪਾਂ ਚਲਾਨ ਕਹਿੰਦੇ ਹਾਂ ਅਦਾਲਤ 'ਚ ਪੇਸ਼ ਹੋਇਆ ਹੁੰਦਾ ਹਾਂਜੀ, ਨਾ ਚਲਾਨ ਪੇਸ਼ ਹੋਇਆ ਅਤੇ ਨਾ ਤਫਤੀਸ਼ ਪੂਰੀ ਹੋਈ ਹੈ, ਲਓ ਜੀ ਮਜੀਠੀਆ ਚਲਾ ਗਿਆ ਹਾਈ ਕੋਰਟ ਜੀ। ਹਾਈ ਕੋਰਟ ਜਾ ਕੇ ਉਹਨੇ ਬੇਲ ਐਪਲੀਕੇਸ਼ਨ ਆਪਣੀ ਪਾਤੀ ਇੱਕ ਐਪਲੀਕੇਸ਼ਨ ਕਿ ਸ਼੍ਰੀਮਾਨ ਜੀ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ,
ਇਹ ਚਾਰਜ ਸ਼ੀਟ ਕਿਉਂ ਨਹੀਂ ਦਾਇਰ ਕਰ ਰਹੇ? ਇਹ ਤਾਂ ਹਰ ਵਾਰੀ ਹਫ਼ਤੇ ਬਾਅਦ 10 ਦਿਨਾਂ ਬਾਅਦ ਬੁਲਾ ਲੈਂਦੇ ਅਤੇ ਮੈਨੂੰ ਇੱਕ ਕਿਸਮ ਦੀ ਜਿਹੜੀ ਹੈ ਪਰੇਸ਼ਾਨ ਕਰਦੇ ਜੀ, ਇਸ ਪਰੇਸ਼ਾਨੀ ਤੋਂ ਬਚਾਇਆ ਜਾਵੇ। ਕੱਲ੍ਹ ਉਹਦੀ ਪੇਸ਼ੀ ਸੀ ਜੀ, ਉਸ ਪੇਸ਼ੀ ਦੇ ਉੱਤੇ ਬੁਲਾ ਲਿਆ ਜੀ, ਐੱਸ ਆਈ ਟੀ ਨੂੰ ਨੋਟਿਸ ਕੱਢਿਆ ਹੋਇਆ ਸੀ, ਦੱਸੋ ਤੁਸੀਂ ਕੀ ਕਹਿੰਦੇ ਹੋ। ਅਤੇ ਐੱਸ ਆਈ ਟੀ ਨੇ ਜਾ ਕੇ ਕਹਿਤਾ ਜੀ ਅਸੀਂ ਆਪਣਾ ਸੰਮਣ ਵਾਪਸ ਲੈ ਗਏ। ਕਿਉਂ? ਪਤਾ ਹੀ ਨਹੀਂ ਉਹਨੇ ਕਾਰਨ ਤਾਂ ਕੋਈ ਦੱਸਿਆ ਨਹੀਂ। ਕਹਿੰਦੇ ਜੀ ਸੰਮਣ ਵਾਪਸ ਲੈਂਦੇ, ਜੇ ਸੰਮਣ ਵਾਪਸ ਲੈਣ ਦੀ ਗੱਲ ਕਹਿ ਦਿੱਤੀ ਤਾਂ ਉਹ ਜਿਹੜੀ ਹੈ ਡਿਸਪੋਜ ਆਫ ਹੋ ਗਈ ਪਟੀਸ਼ਨ। ਅਤੇ ਬਾਅਦ ਦੇ ਵਿੱਚ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੱਗੀ ਹੋਈ ਹੈ ਜੀ ਇੱਕ ਖਬਰ ਜੀ, ਅਤੇ ਖਬਰ ਆਪਣੇ ਅਕੀਦਾ ਸਾਹਿਬ ਨੇ ਲਿਖੀ ਹੋਈ ਹੈ। ਹਾਂਜੀ, ਮੇਰਾ ਖਿਆਲ ਅਕੀਦਾ ਤਾਂ ਬਹੁਤ ਸਿਆਣਾ ਅਤੇ ਬੜਾ ਸੁਲਝਿਆ ਪੱਤਰਕਾਰ ਹੈ, ਬੜਾ ਸੁਲਝਿਆ ਪੱਤਰਕਾਰ ਹੈ। ਐਵੇਂ ਤਾਂ ਉਹ ਹੈ ਨਹੀਂ, ਪੋਸੀਬਿਲਿਟੀ ਹੈ ਕਿ ਉਹਦੇ ਕੋਲ ਕੋਈ ਪ੍ਰੈਸ ਨੋਟ ਆਇਆ ਹੋਵੇ। ਅਕੀਦਾ ਸਾਹਿਬ ਕਹਿੰਦੇ ਆ ਕਿ ਭੁੱਲਰ ਸਾਹਿਬ ਕਹਿੰਦੇ ਆ, ਡੀ ਆਈ ਜੀ ਸਾਹਿਬ ਜਿਹੜੇ ਐੱਸ ਆਈ ਟੀ ਦੇ ਮੁਖੀ ਹੈ, ਕਿ ਅਸੀਂ ਤਾਂ ਜੀ ਉਹਨਾਂ ਨੂੰ ਦੁਬਾਰਾ ਸੰਮਣ ਕਰਨ ਦਾ ਸੰਮਣ ਕਰਨ ਦੇ ਲਈ ਇੱਕ ਹੋਰ ਸੰਮਣ ਤਿਆਰ ਕਰੀ ਜਾਂਦੇ ਹਾਂ, ਅਤੇ ਜਲਦੀ ਉਹਨਾਂ ਨੂੰ ਸੰਮਣ ਜਿਹੜਾ ਰਿਸੀਵ ਹੋ ਜੂਗਾ। ਇਹਨੂੰ ਹੁਣ ਦਾਨੇ ਵਾਲੀਆ ਸਾਹਿਬ ਆਪਾਂ ਕੀ ਕਹੀਏ, ਵੀ ਕੀ ਗੱਲ ਬਣੀ? ਇਹਨੂੰ ਫਿਰ ਇਹੀ ਕਹਾਂਗੇ ਦੂਰਾ ਜੂਟਾ। ਅਤੇ ਜਿਹੜੀ ਮੈਂ ਮਿਸਾਲ ਦਿੱਤੀ ਸੀ ਕਿ ਜਿਹੀ ਜੀ ਮਤਲਬ ਜਿਹੜੀ ਹੈ ਕੀ ਉਹ ਬੀਬੀ ਦਾ ਨਾਂ ਸੀਗਾ ਸੂਟੀ, ਹਾਂ ਜਿਹੋ ਜੀ ਸੂਟੀ, ਅਤੇ ਉਹੋ ਜਿਹਾ ਸੂਟੀ ਦਾ ਮੁਕਲਾਵਾ। ਹਾਂਜੀ, ਅਤੇ ਇਹਦੇ ਨਾਲ ਜੇ ਅਗਲੀ ਵਾਰ ਆਪਾਂ ਹੋਰ ਗੱਲ ਕਰ ਲਈਏ ਤਾਂ ਮੇਰਾ ਖਿਆਲ ਹੈ ਵੀ ਟਾਈਮ ਪਾਸ ਕਰ ਲਓ ਜੀ, ਆਪਦਾ ਟਾਈਮ ਪਾਸ ਕਰੀ ਜਾਂਦੇ ਹੈ। ਹੁਣੇ ਜਿਹੜੀ ਇਸ ਤਰ੍ਹਾਂ ਦੀ ਇਹ ਗੱਲ ਕੀਤੀ, ਇਹਦੇ ਨਾਲ ਸਰਕਾਰ ਦੀ ਪੁਜੀਸ਼ਨ ਕੋਈ ਚੰਗੀ ਨਹੀਂ। ਦੂਰੀ ਇਹਨੂੰ ਕਹਿ ਸਕਦੇ ਆਪਾਂ, ਦੂਰਾ ਜੂ ਟਰਨ ਜੀ। ਉਹ ਕਹਿੰਦੇ ਆ ਗੁਰੂ ਜਿਹਨਾਂ ਦੇ ਟੱਪਣੇ ਤੇ ਚੇਲੇ ਜਾਣ ਛੜਾਪੋ, ਕਹਿੰਦੇ ਸਰਕਾਰ ਜੂ ਟਰਨ ਇੱਕ ਵਾਰੀ ਲੈ ਲੈਂਦੀ, ਅਸੀਂ ਦੁਬਾਰਾ ਲੈ ਲੈਂਦੇ। ਹਾਈਕੋਰਟ ਜਾ ਕੇ ਅਸੀਂ ਕਹਿ ਦਿਆਂਗੇ ਜੀ ਅਸੀਂ ਵਾਪਸ ਲੈ, ਦੁਬਾਰਾ ਫਿਰ ਭੇਜ ਦਿਆਂਗੇ ਜੀ, ਇੱਕ ਨਵਾਂ ਹੋਰ ਮਿਲ ਗਿਆ ਜੀ ਸਾਨੂੰ ਤਾਂ। ਤੱਥ ਕਹਿਣੇ ਹੀ ਮਿਲ ਗਿਆ ਜੀ, ਅਸੀਂ ਹੁਣ ਉਹਦੇ 'ਚ ਬੁਲਾਉਣੇ। ਤਫਤੀਸ਼ ਤਾਂ ਤਫਤੀਸ਼ ਹੈ ਜੀ। ਮਿੱਤਰ ਸੈਨ ਮੀਤ ਹੁਣ ਤਾਂ ਸ਼ਾਇਦ ਰਿਟਾਇਰ ਹੋ ਗਏ, ਉਹ ਸਰਕਾਰੀ ਵਕੀਲ ਹੁੰਦੇ ਸੀ। ਦਾਨੇ ਵਾਲੀਆ ਸਾਹਿਬ ਉਹਨਾਂ ਨੇ ਦੋ ਕਿਤਾਬਾਂ ਲਿਖੀਆਂ ਵੀ ਹੈ ਜੀ, ਕਿਉਂਕਿ ਬਰਨਾਲੇ ਨੂੰ ਬਿਲੋਂਗ ਕਰਦੇ, ਅਤੇ ਬਰਨਾਲਾ ਤੁਹਾਨੂੰ ਪਤਾ ਵੀ ਸਾਹਿਤਕਾਰਾਂ ਦਾ ਗੜ ਹੈ, ਐਂਡ ਉਹ ਵੀ ਜੁਝਾਰੂ ਸਾਹਿਤਕਾਰਾਂ ਦਾ। ਅਤੇ ਉਹ ਨਾਲੇ ਸਰਕਾਰੀ ਨੌਕਰੀ ਕਰਦੇ ਸੀ, ਨਾਲ ਦੀ ਨਾਲ ਉਹ ਆਪਦਾ ਲਿਖਣ ਪੜ੍ਹਨ ਵਾਲਾ ਕੰਮ ਵੀ ਕਰਦੇ ਸੀ। ਅਤੇ ਉਹਨਾਂ ਨੇ ਦੋ ਕਿਤਾਬਾਂ ਲਿਖੀਆਂ, ਇੱਕ ਦਾ ਨਾਂ ਹੈ ਤਫਤੀਸ਼, ਅੱਛਾ, ਅਤੇ ਇੱਕ ਦਾ ਨਾਂ ਹੈ ਕਟਹਿਰਾ। ਠੀਕ ਹੈ, ਮੇਰੇ ਖਿਆਲ ਮੁਤਾਬਕ ਜਿਹੜਾ ਹਰ ਬੰਦਾ ਜਿਹੜਾ ਪੱਤਰਕਾਰਤਾ ਨਾਲ ਰਿਲੇਟਡ ਆ, ਉਹਨੂੰ ਕਿਤਾਬਾਂ ਪੜ੍ਹ ਲੈਣੀਆਂ ਚਾਹੀਦੀਆਂ। ਇਹ ਤਫਤੀਸ਼ ਕਿਵੇਂ ਕਰਦੇ ਜੀ? ਹੁਣ ਤੁਸੀਂ ਇਹ ਦੇਖੋ ਕਿ ਤਫਤੀਸ਼, ਮੇਰਾ ਖਿਆਲ ਆ ਵੀ ਇੱਕ ਸਰਕਾਰ ਨਿਕਲ ਗਈ, ਦੋ ਸਰਕਾਰਾਂ ਨਿਕਲ ਗਈਆਂ। ਅਗਲੀ ਗੱਲ ਦਾ ਨਾਲ ਸਮਝ 'ਚ ਮੈਂ ਤੁਹਾਨੂੰ ਦੱਸਾਂ, ਮੈਨੂੰ ਪਹਿਲਾਂ ਇਹ ਸ਼ੱਕ ਸੀ ਕਿ ਕੇਸ ਸਿਰੇ ਨਹੀਂ ਚੜਨਾ ਜੀ, ਕਿਉਂਕਿ ਇਹ ਮਾਮਲੇ ਦੀ ਜਾਂਚ ਇੱਥੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਐੱਸ ਆਈ ਟੀਆਂ ਬਣ ਚੁੱਕੀਆਂ ਜੀ। ਇੱਕ ਵਾਰੀ ਤੁਹਾਡੇ ਯਾਦ ਹੋਣਾ, ਇੱਕ ਐੱਸ ਆਈ ਟੀ ਹੋਰ ਬਣਾਈ ਸੀ ਹਾਈਕੋਰਟ ਨੇ, ਉਸ ਐੱਸ ਆਈ ਟੀ ਨੇ ਵੀ ਹੱਥ ਖੜ੍ਹੇ ਕਰਤੇ ਸੀ ਜੀ ਹੈ ਨਹੀਂ ਇਹਦੇ 'ਚ ਕੋਈ ਜਾਣ ਵਾਲੀ ਗੱਲ। ਮੈਂ ਕਿਸੇ ਪੁਲਿਸ ਅਫਸਰ ਨੂੰ ਪੁੱਛਿਆ ਆਪਣੇ ਜਾਣ ਪਛਾਣ ਵਾਲੇ ਨੂੰ ਵੀ, ਯਾਰ ਇਹ ਐੱਸ ਆਈ ਟੀਆਂ ਕਿਉਂ ਕਰਦੇ? ਤਾਂ ਉਹਨੇ ਮੈਨੂੰ ਬੜੀ ਕੰਮ ਦੀ ਗੱਲ ਦੱਸੀ, ਉਹ ਕਹਿੰਦਾ ਵੀ ਲਿੰਕ ਕੀ ਹੈ ਜੀ, ਇਹ ਤਾਂ ਹੈ ਨਹੀਂ ਕਿ ਮਜੀਠੀ ਆਪ ਤਕੜੀ ਫੜੀ ਬੈਠਾ, ਨਾ ਨਾ ਨਸ਼ੀਲਾ ਪਦਾਰਥ ਬੈਠਾ ਸੀ। ਇਹਦੇ ਖਿਲਾਫ ਇਲਜ਼ਾਮ ਇਹ ਹੈ ਕਿ ਸੱਤਾ ਅਤੇ ਪਿੱਧੀ ਦੋ ਬੰਦੇ ਹੈ ਜਿਹਨਾਂ ਜਿਹੜੇ ਵਿਦੇਸ਼ਾਂ 'ਚ ਰਹਿੰਦੇ, ਸ਼ਾਇਦ ਅਮੈਰੀਕਾ 'ਚ ਰਹਿੰਦੇ ਆ ਜਾਂ ਕੈਨੇਡਾ 'ਚ ਰਹਿੰਦੇ ਆ, ਉਹ ਬੰਦੇ ਜਿਹੜੇ ਹੈਗੇ ਜੀ ਉਹ ਇਹਦੇ ਦੋਸਤ ਹੈ, ਇਹਦੇ ਨਾਲ ਦੋਸਤ ਬਣ ਗਏ। ਦੋਸਤ ਬਣਨ ਤੋਂ ਬਾਅਦ ਉਹਨਾਂ ਦੇ ਕਾਰੋਬਾਰ ਦੇ ਵਿੱਚ ਇਹਨਾਂ ਨੇ ਮਦਦ ਕੀਤੀ ਹੈ। ਜਦੋਂ ਬੰਦੇ ਇੰਡੀਆ ਆਉਂਦੇ ਸੀ ਤਾਂ ਉਹ ਕਹਿੰਦੇ ਮਹਿਮਾਨ ਨਵਾਜੀ ਮਜੀਠੀਆ ਸਾਹਿਬ ਦੀ ਹੀ ਮਾਨਦੇ ਹੁੰਦੇ ਸੀ, ਇਹ ਇਲਜ਼ਾਮ ਹੈ। ਅਗਲੀ ਗੱਲ ਉਹ ਕਹਿੰਦੇ ਆ, ਕਹਿੰਦੇ ਜੀ ਉਦੋਂ ਮਜੀਠੀਆ ਸਾਹਿਬ ਦੀਆਂ ਸਰਕਾਰੀ ਗੱਡੀਆਂ ਵੀ ਇਸਤੇਮਾਲ ਕਰਦੇ ਹੁੰਦੇ ਸੀ। ਹੁਣ ਉਹ ਬੰਦੇ ਇੱਥੋਂ ਆਏ ਜੀ, ਆ ਕੇ ਸਾਰਾ ਕੁਛ ਕਰਕੇ ਅਤੇ ਉਹ ਵਾਪਸ ਚਲੇ ਗਏ। ਮੰਨ ਲਓ ਵੀ ਐੱਸ ਆਈ ਟੀ ਨੇ ਸਾਰੀਆਂ ਜਿਹੜੀਆਂ ਆਪਾਂ ਗੱਲਾਂ ਕਹੀਆਂ ਇਹ ਉਹਨਾਂ ਨੇ ਟਰੇਸ ਕਰ ਲਈਆਂ ਹੁਣ ਜੀ, ਪਰ ਜਿੰਨੀ ਦੇਰ ਤੱਕ ਉਹਨਾਂ ਬੰਦਿਆਂ ਦੀ ਪ੍ਰਾਪਰ ਪੁੱਛਗਿੱਛ ਨਹੀਂ ਹੁੰਦੀ, ਪੁਸ਼ਟੀ ਕਿਵੇਂ ਹੋਊਗੀ ਕਿ ਮਜੀਠੀਆ ਹੁਣਾਂ ਨੇ ਮਦਦ ਕੀਤੀ ਹੈ? ਮਤਲਬ ਸੱਚਾ ਝੂਠਾ ਕੋਈ ਬਿਆਨ ਤਾਂ ਪੁਲਿਸ ਸਾਹਿਬ ਹੀ ਲਿਖਦੀ ਹੈ। ਬਿਲਕੁਲ, 161 ਦਾ ਬਿਆਨ ਜਿਹੜਾ ਹੈਗਾ ਪੁਲਿਸ ਸਾਹਿਬ ਲਿਖਦੀ ਹੈ ਜੀ, ਤੇ 161 ਦਾ ਬਿਆਨ ਲਿਖਣ ਵਾਸਤੇ ਬੰਦੇ ਤਾਂ ਪੁਲਿਸ ਦੀ ਕਸਟਡੀ 'ਚ ਹੋਣੀ ਚਾਹੀਦੀ। ਬਿਲਕੁਲ,
ਹੁਣ ਉਹ ਕਸਟਡੀ ਜਿਹੜੀ ਉਹਨਾਂ ਦੀ ਹੋ ਨਹੀਂ ਰਹੀ। ਕਾਰਨ ਇਹਦਾ ਹੈ ਕਿ ਉਹ ਦੂਜੇ ਦੇਸ਼ ਦੇ ਵਿੱਚ ਮਿਲ ਬੈਠੇ, ਉਹਨਾਂ ਤੋਂ ਉੱਥੋਂ ਇਜਾਜ਼ਤ ਨਹੀਂ ਮਿਲਦੀ, ਨਹੀਂ ਮਿਲਣੀ। ਇਸ ਕਰਕੇ ਜਿੰਨਾ ਮਰਜ਼ੀ ਇਹਨੂੰ ਲਮਕਾਈ ਜਾਣ, ਲੱਸੀ ਦਾ ਤਾਂ ਲੜਾਈ ਦਾ ਕਹਿੰਦੇ ਵੀ ਜਿਵੇਂ ਮਰਜ਼ੀ ਹੈ ਵਧਾਈ ਜਾਓ, ਉਹਨੇ ਤਫਤੀਸ਼ ਵੱਧਦੀ ਜਾਊ, ਵੱਧਦੀ ਜਾਊਗੀ ਬਿਲਕੁਲ ਜੀ। ਇਹ ਨਾ ਤਾਂ ਮਤਲਬ ਕੱਚਾ ਕੋੜਾ, ਨਾ ਤਾਂ ਇਹਨੇ ਇਹਨੇ ਮੁੱਕਣਾ ਅਤੇ ਨਾ ਉਹਦਾ ਖੜਾ ਛੁੱਟਣਾ ਜੀ। ਬਿਲਕੁਲ ਸਹੀ ਗੱਲ, ਇਹ ਸਟੈਂਡ ਇੱਕ ਕਰਦਾ ਰਹੂਗਾ ਜੀ, ਇੱਕ ਮੁਕੱਦਮਾ ਖੜਾ ਉਹਨਾਂ ਦੇ ਖਿਲਾਫ ਹਰ ਵਾਰੀ ਜਦੋਂ ਉਹਨਾਂ ਨੇ ਖੜੇ ਉਹਨਾਂ ਨੂੰ ਕਹਿੰਦੇ ਕਰਨਗੇ ਜੀ ਕਾ NDPS ਦਾ ਪਰਚਾ ਹੈਗਾ, ਥੋੜੇ ਸਾਡੇ ਵਰਗੇ ਬੰਦੇ ਲੋਕ ਇਹਦੇ ਤੇ ਉੱਥੇ ਆਪਣੀ ਚਰਚਾ ਕਰ ਲੈਂਦੇ, ਚਰਚਾ ਕਰ ਲੈਂਦੇ ਬਿਲਕੁਲ। ਬਸ ਇੱਕ ਮਤਲਬ ਇਹ ਕਿ ਦਿਲ ਬਹਿਲਾਉਣ ਵਾਲਾ ਕੰਮ ਹੈ, ਬਿਲਕੁਲ ਉਹ ਗਾਲਿਬ ਦਾ ਹੈਗਾ ਨਾ, ਦਿਲ ਬਹਿਲਾਣੇ ਕੇ ਲੀਏ ਤੋ, ਠੀਕ ਹੈ ਗਾਲਿਬ, ਚੰਗੀ ਵਧੀਆ ਗੱਲ ਆ ਉਹ ਮੈਨੂੰ ਪੂਰਾ, ਮੈਂ ਵੀ ਘੱਟ ਹੀ ਸ਼ਹਿਰ ਹੈ ਪਰ ਇੰਨਾ ਕੁ ਮੈਨੂੰ ਪਤਾ ਗਾਲਿਬ ਦਾ ਸੀਗਾ ਕੋਈ ਇੱਕ ਕੰਮ, ਦਿਲ ਬਹਿਲਾਉਣ ਦੇ ਨਾਲ ਸੰਬੰਧਿਤ ਹੈਗਾ, ਹੈਗਾ ਸ਼ੇਰ ਹੈਗਾ ਬਸ। ਅਤੇ ਹੁਣ ਚੋਣਾਂ ਦੀ ਗੱਲ ਕਰ ਲਈਏ ਜੀ, ਢੋਲ ਢਮੱਕਾ ਬੰਦ ਹੋ ਗਿਆ, ਗਲਾਂ 'ਚ ਸਾਫੇ ਸੂਬੇ ਹੀ ਪੈਟੇ ਜਿਹਦੇ ਪੈਣੇ ਸੀ, ਅਤੇ ਰੋਡ ਸ਼ੋਅ ਵੀ ਨਿਕਲ ਗਏ। ਗੱਲ ਇਹ ਵੀ ਕੱਲ੍ਹ ਦੋ ਗੱਲਾਂ ਹੋਈਆਂ ਵੈਸੇ ਚੋਣਾਂ ਦੇ ਵਿੱਚ, ਆਮ ਤੌਰ ਦੇ ਉੱਤੇ ਤਾਂ ਇੱਕ ਪ੍ਰੋਸੈਸ ਹੈ ਜੀ ਕਿ 48 ਘੰਟੇ ਪਹਿਲਾਂ ਜਿਹੜਾ ਚੋਣ ਪ੍ਰਚਾਰ ਬੰਦ ਹੋ ਜਾਂਦਾ ਜੀ, ਜਿਹੜੇ ਬੰਦੇ ਉੱਥੇ ਬੈਠੇ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਜੀ ਬਾਹਰ ਚਲੋ, ਹਾਂਜੀ ਬਾਹਰ ਚਲੋ। ਇਹ ਚੋਣ ਕਮਿਸ਼ਨ ਦਾ ਇੱਕ ਹੁਕਮ ਹੈ ਪਰ ਅਮਲ ਕਿੰਨਾ ਕੁ ਇਹਦੇ 'ਤੇ ਹੁੰਦਾ, ਹੁੰਦਾ ਘੱਟ ਹੀ ਹੁੰਦਾ, ਨਹੀਂ ਅਮਲ ਹੋਊਗਾ ਆਪੋਜੀਸ਼ਨ 'ਤੇ, ਹਾਂ ਦੂਜਿਆਂ ਆਪੋਜੀਸ਼ਨ ਦਾ ਬੰਦਾ ਰਹਿਣਾ ਨਹੀਂ ਚਾਹੀਦਾ ਕੋਈ, ਅਤੇ ਆਪਣਾ ਮਤਲਬ ਜਿਹੜਾ ਨਿਕਲਣਾ ਨਹੀਂ ਚਾਹੀਦਾ। ਅਤੇ ਦਾਨੇ ਵਾਲੀ ਸਭ ਤੁਹਾਡੇ ਯਾਦ ਹੋਣਾ ਜਦੋਂ ਪਹਿਲਾਂ ਜਲੰਧਰ ਦੀ ਚੋਣ ਹੋਈ ਆ, ਉਹ ਵੀ ਬਾਈ ਇਲੈਕਸ਼ਨ ਹੋਈ ਸੀ ਪਾਰਲੀਮੈਂਟ ਵਾਲੀ ਜੀ, ਉਦੋਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕ ਉੱਥੇ ਚਲੇ ਗਏ ਸੀ ਜੀ, ਔਰ ਇੱਕ ਤਾਂ ਮਾਨਕ ਗੋਇਲ ਨੇ ਉਸ ਵੇਲੇ ਜਿਹੜੇ ਲੋਕ ਪੋਲਿੰਗ ਉਹਨਾਂ ਦੇ ਬੂਥਾਂ 'ਤੇ ਬੈਠੇ ਸੀ ਬਾਹਰਲੇ ਪਾਸੇ ਜੀ, ਉਹਨਾਂ ਦੀਆਂ ਉਦੋਂ ਉਹਨਾਂ ਨੇ ਤਸਵੀਰਾਂ ਪਾਈਆਂ ਸੀ, ਇਕੱਲੇ ਇਕੱਲੇ ਬੰਦੇ ਦਾ ਪਾ ਕੇ ਉਹਦੇ ਗਲ ਦੇ ਵਿੱਚ ਪਾਇਆ ਹੁੰਦਾ ਸੀਗਾ ਤੁਹਾਡਾ ਇਹਨਾਂ ਦਾ ਝਾੜੂ ਵਾਲਾ ਪੱਲਾ ਜਿਹਾ ਜੀ, ਅਤੇ ਉਹ ਦੇਖਦੇ ਵੀ ਇਹ ਬੰਦੇ ਦੀ ਵੋਟ ਕਿੱਥੋਂ ਦੀ ਬਣੀ ਹੈ, ਕੀ ਕੁਛ ਹੈ, ਵੋਟਾਂ ਦੇ ਨੰਬਰ ਵੀ ਉਹਨਾਂ ਨੇ ਪਾਤੇ ਸੀ। ਇੱਕ ਆਪਣੇ ਮੇਰਾ ਖਿਆਲ ਹੈ ਇੱਥੇ ਪੂਲੇ ਦੇ ਮੁੰਡੇ ਸੀਗੇ, ਇਹ ਵੀ ਗਏ ਹੋਏ ਸੀ ਉੱਥੇ, ਉੱਥੇ ਜਦੋਂ ਇਲੈਕਸ਼ਨ ਕਮਿਸ਼ਨ ਦਾ ਥੋੜ੍ਹਾ ਜਿਹਾ ਡੰਡਾ ਖੜਕਿਆ ਅਤੇ ਪੁਲਿਸ ਵਾਲਿਆਂ ਨੇ ਘੇਰ ਕੇ ਪੁੱਛ ਲਿਆ ਭਾਈ ਤੁਸੀਂ ਕੌਣ ਹੋ, ਕਹਿੰਦੇ ਜੀ ਪੂਲੇ ਤੋਂ ਆਏ ਹਾਂ ਨਥਾਣੇ ਕੋਲੋਂ, ਕਹਿੰਦੇ ਕੀ ਲੈਣਾ ਆਏ ਹੋ, ਕਹਿੰਦੇ ਜੀ ਇੱਥੇ ਬੀ ਲੈਣ ਆਏ ਹਾਂ ਅਸੀਂ, ਹਾਂਜੀ ਉਹ ਤੁਹਾਡੇ ਯਾਦ ਨਾ ਬੀ ਲੈਣ ਗਏ ਸੀਗੇ, ਹਾਂਜੀ ਬਿਲਕੁਲ, ਮਤਲਬ ਇਹ ਮਾਮਲਾ ਚੱਲਦਾ ਰਹਿੰਦਾ ਹੁੰਦਾ ਹੈ। ਇਹ ਤੋਂ ਪਹਿਲਾਂ ਆਪਾਂ ਦੇਖੀਏ ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ, ਆਮ ਤੌਰ 'ਤੇ ਬਾਈ ਇਲੈਕਸ਼ਨ ਸਰਕਾਰ ਜਿੱਤਦੀ ਹੁੰਦੀ ਹੈ, ਹਾਂਜੀ ਸਰਕਾਰ ਇਸ ਕਰਕੇ ਜਿੱਤਦੀ ਹੈ ਕਿਉਂਕਿ ਸਰਕਾਰ ਦੇ ਕੋਲ ਤੰਤਰ ਹੁੰਦਾ ਹੈ ਜੀ, ਅਤੇ ਆਮ ਤੌਰ 'ਤੇ ਜਿਹੜਾ ਹੈਗਾ ਉਹ ਕਿਹਾ ਜਾਂਦਾ ਕਿ ਇਹ ਜਿਹੜੀ ਬਾਈ ਇਲੈਕਸ਼ਨ ਹੈ ਸਿਸਟਮ ਲੜਦਾ ਹੁੰਦਾ ਜੀ, ਅਤੇ ਆਪਾਂ ਸਿਸਟਮ ਲੜਦਾ ਦੇਖਿਆ ਜੀ, ਇਹ ਸਿਸਟਮ 3 ਵਾਰੀ ਲੜਿਆ ਜੀ, ਹਾਂਜੀ ਇੱਕ ਵਾਰੀ ਤਾਂ ਤੁਹਾਡੇ ਯਾਦ ਹੋਣਾ ਹੈ ਕਿ ਬਾਈ ਇਲੈਕਸ਼ਨ ਹੋਈ ਸੀ 1995 ਦੇ ਵਿੱਚ, ਜਿਹਦੇ 'ਚ ਬਾਦਲ ਪਰਿਵਾਰ ਬਿਲਕੁਲ ਹਾਸ਼ੀਏ 'ਤੇ ਚਲਾ ਗਿਆ ਸੀ ਜੀ, ਲੇਕਿਨ ਉਹ ਬਾਈ ਇਲੈਕਸ਼ਨ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਲਈ ਸੀ ਅਤੇ ਉਹ ਤੋਂ ਬਾਅਦ ਬਾਦਲ ਪਰਿਵਾਰ ਮੁੜ ਕੇ ਫਿਰ ਰਾਜ ਸੀ ਪਿੰਡ ਦੇ ਵਿੱਚ ਆ ਗਿਆ ਜੀ, ਜਿਹਨੂੰ ਆਪਾਂ ਕਹਿ ਦਈਏ ਮੁੜ ਸੁਰਜੀਤੀ ਹੋ ਗਈ ਸੀ ਬਾਦਲ ਪਰਿਵਾਰ ਦੀ ਅਤੇ ਅਕਾਲੀ ਦਲ ਦੀ ਰਾਜਨੀਤੀ ਦੀ ਜੀ। ਉਹ ਤੋਂ ਬਾਅਦ ਫਿਰ 97 ਦੇ ਵਿੱਚ ਸਰਕਾਰ ਬਣ ਗਈ ਬਾਦਲ ਸਾਹਿਬ ਦੀ, 97 ਤੋਂ ਬਾਅਦ 2002 ਦੇ ਵਿੱਚ ਹਾਰ ਗਏ, ਔਰ ਫਿਰ ਜਿਹੜੀ ਹੈਗੀ 7 ਤੋਂ ਲੈ ਕੇ 17 ਤੱਕ ਉਹ ਸਰਕਾਰ ਰਹੀ ਹੈ ਜੀ। 21 ਤੋਂ ਪਹਿਲਾਂ ਮੇਰਾ ਖਿਆਲ, ਹਾਂ ਬਾਦਲ ਸਾਹਿਬ ਦੇ ਦੌਰ ਦੇ ਵਿੱਚ ਇੱਕ ਹੋਰ ਬਣੀ ਸੀਗੀ 97 ਵਾਲੀ ਇਲੈਕਸ਼ਨ ਤੋਂ ਬਾਅਦ, ਉਹ ਹੋਈ ਸੀ ਆਦਮਪੁਰ ਦੀ ਚੋਣ, ਠੀਕ ਹੈ, ਆਦਮਪੁਰ ਦੀ ਚੋਣ ਉਦੋਂ ਅਕਾਲੀ ਦਲ 6 ਵੋਟਾਂ 'ਤੇ ਹਾਰ ਗਿਆ ਸੀ ਅਤੇ ਲਾਲੀ ਜਿੱਤੇ ਸੀ ਉੱਥੋਂ। ਉਦੋਂ ਹੀ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਬਾਦਲ ਸਾਹਿਬ ਨੂੰ ਇਹ ਸਲਾਹ ਦਿੱਤੀ ਸੀ ਕਿ ਬਾਦਲ ਸਾਹਿਬ ਤੁਹਾਥੋਂ ਡਬਲ ਜ਼ਿੰਮੇਵਾਰੀ ਜਿਹੜੀ ਹੈ ਨਹੀਂ ਸੰਭਲ, ਇਹ ਸੰਭਲਦੀ ਨਹੀਂ, ਕਰੋ ਤੁਸੀਂ ਆਪਦੀ ਮਰਜ਼ੀ ਹੈ ਪਰ ਵਿਖਾਵੇ ਵਾਸਤੇ ਘੱਟੋ ਘੱਟ ਪ੍ਰਧਾਨ ਤੁਸੀਂ ਕੋਈ ਹੋਰ ਲਾ ਦਿਓ, ਹਾਂਜੀ ਮੁੱਖ ਮੰਤਰੀ ਤੁਸੀਂ ਰਹੋ, ਪ੍ਰਧਾਨਗੀ ਕਿਸੇ ਨੂੰ ਹੋਰ ਦਿਓ, ਤਾਂ ਨਤੀਜਾ ਆਇਆ ਸੀ ਕਿ ਉੱਥੋਂ ਇਹਨਾਂ ਦਾ ਵਿਗਾੜ ਪੈ ਗਿਆ ਜੀ, ਅਤੇ ਵਿਗਾੜ ਪੈਂਦਿਆਂ ਪੈਂਦਿਆਂ ਇੱਥੋਂ ਤੱਕ ਵਿਗਾੜ ਪੈ ਗਿਆ ਜੀ ਕਿ ਫਿਰ ਟੌੜਾ ਸਾਹਿਬ ਵੀ ਬਾਹਰ ਆ ਗਏ, ਉਹਨਾਂ ਦੇ ਜਿਹੜੇ ਮੰਤਰੀ ਮੰਡਲ ਦੇ ਮੈਂਬਰ ਸੀ ਉਹ ਵੀ ਬਾਹਰ ਆ ਗਏ, ਟੌੜਾ ਸਾਹਿਬ ਨੂੰ SGPC 'ਚੋਂ ਵੀ ਲਾਂਭੇ ਕਰਤਾ ਸੀ, ਹਾਂਜੀ, ਔਰ ਭਾਈ ਰਣਜੀਤ ਸਿੰਘ ਜਿਨ੍ਹਾਂ ਨੇ ਇਹ ਮਤਲਬ ਹੁਕਮ ਦਿੱਤਾ ਹੋਇਆ ਸੀ, ਹਦਾਇਤ ਕੀਤੀ ਹੋਈ ਸੀ ਜੀ ਕਿ 1999 ਵਾਲੀ ਜਿਹੜੀ ਤ੍ਰੈ ਸ਼ਤਾਬਦੀ ਹੈ ਜਿੰਨੀ ਦੇਰ ਤੱਕ ਉਹ ਮੁਕੰਮਲ ਨਹੀਂ ਹੁੰਦੀ ਉਨੀ ਦੇਰ ਤੱਕ
ਜਿਹੜਾ ਹੈਗਾ ਤੁਸੀਂ ਏਕਤਾ ਰੱਖੋ ਅਤੇ ਉਹਨਾਂ ਨੂੰ ਵੀ ਤੋੜਤਾ ਸੀ ਘਰ ਨੂੰ ਜੀ। ਠੀਕ, ਇਹ ਮਤਲਬ ਆਪਾਂ ਕਹਿ ਸਕਦੇ ਵੀ ਬਾਈ ਇਲੈਕਸ਼ਨ ਕੀ ਰੰਗ ਦਿਖਾਉਂਦੀ ਹੈ। ਹਾਂਜੀ, ਪਹਿਲੀ ਬਾਈ ਇਲੈਕਸ਼ਨ ਨੇ ਬਾਦਲ ਪਰਿਵਾਰ ਦੀ ਮੁੜ ਸੁਰਜੀਤੀ ਕੀਤੀ, ਦੂਜੀ ਇਲੈਕਸ਼ਨ ਨੇ ਜਿਹੜੀ ਹੈਗੀ ਹੈ ਇਹਨਾਂ ਦੀ ਹਾਰ ਦਾ ਮੁੱਢ ਬਣਿਆ ਜੀ, ਕਿਉਂਕਿ ਫਿਰ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰਾਂ ਨੇ ਇੱਕ ਆਪਣਾ ਅਕਾਲੀ ਦਲ ਬਣਾ ਲਿਆ। ਅੱਛਾ, ਜਿਹਨੂੰ ਸਰਬਹਿੰਦ ਅਕਾਲੀ ਦਲ ਕਹਿੰਦੇ ਤੇ ਸਰਬਹਿੰਦ ਅਕਾਲੀ ਦਲ ਨੇ ਜਿਹੜੀ 2002 ਦੀਆਂ ਚੋਣਾਂ ਲੜੀਆਂ। ਹਾਂਜੀ, ਉਹਨਾਂ ਚੋਣਾਂ ਦੇ ਵਿੱਚ ਉਹਨਾਂ ਦਾ ਆਪਦਾ ਤਾਂ ਭਾਵੇਂ MLA ਕੋਈ ਨਹੀਂ ਬਣਿਆ ਪਰ ਉਹ ਵੋਟ ਇੰਨੀ ਕੁ ਲੈ ਗਏ ਸੀ ਕਿ ਬਾਦਲ ਜਿਹੜਾ ਹੈਗਾ ਅਕਾਲੀ ਦਲ ਜਿੱਤਣ ਦਾ ਮਾਰਜਨ ਖਤਮ ਕਰਤਾ, ਮਾਰਜਨ ਖਤਮ ਕਰਤਾ ਲਗਭਗ ਉਹੀ ਜੋ ਕੁਛ 2012 ਦੇ ਵਿੱਚ ਕਾਂਗਰਸ ਪੀਪਲਜ ਪਾਰਟੀ ਆਫ ਪੰਜਾਬ ਦੇ ਬਣ ਨਾਲ ਜਿਹੜਾ ਸਮਝੌਤਾ ਹੋਇਆ ਸੀ ਉਦੋਂ ਵੀ ਇਹੀ ਹੋਇਆ ਜੀ ਜੀ। ਠੀਕ ਹੈ, ਇਹ ਹੋਇਆ ਹੁਣ ਆ ਗਈ ਇਸ ਆਹ ਇਲੈਕਸ਼ਨ। ਇਸ ਇਲੈਕਸ਼ਨ ਦੇ ਵਿੱਚ ਭਗਵੰਤ ਸਿੰਘ ਮਾਨ ਜੀ ਉੱਥੇ ਬੈਠੇ ਹੈ। ਭਗਵੰਤ ਸਿੰਘ ਮਾਨ ਹੋਰਾਂ ਨੇ ਕੱਲ੍ਹ ਬੜੀਆਂ ਤਾਬੜਤੋੜ ਰੈਲੀਆਂ ਕੀਤੀਆਂ ਜੀ, ਔਰ ਉਹਨਾਂ ਨੇ ਉੱਥੇ ਇੱਕ ਗੱਲ ਕਹੀ, ਕਹਿੰਦੇ ਜੀ ਗੱਲ ਵੀ ਐਤਕੀ ਤੁਹਾਨੂੰ ਇੱਕ ਇਮਾਨਦਾਰ MLA ਮਿਲੂਗਾ। ਪਹਿਲਾਂ ਕਹਿੰਦੇ ਗਲਤੀ ਸਾਥੋਂ ਵੀ ਹੋਈ ਹੈ ਕਿ ਅਸੀਂ ਬੇਈਮਾਨ ਨੂੰ ਲੈ ਆਉਂਦਾ ਅਤੇ ਹੁਣ ਉਹ ਆਪਦੀ ਆਪ ਹੀ ਛੱਡ ਗਿਆ ਅਤੇ ਇਮਾਨਦਾਰ ਆਦਮੀ ਮਿਲੂਗਾ ਭਗਤ ਮਹਿੰਦਰ ਭਗਤ ਚੁੰਨੀ ਲਾਲ ਭਗਤ ਦਾ ਮੁੰਡਾ ਜੀ। ਵੈਸੇ ਮਾਨ ਸਾਹਿਬ ਨੇ ਤਾਂ ਇਹ ਗੱਲ ਕਹਿਤੀ ਪਰ ਮੈਂ ਕਈ ਪੁਰਾਣੇ ਬੰਦਿਆਂ ਨਾਲ ਗੱਲ ਕੀਤੀ ਜਾਣੇ ਵਾਲੀ ਆ, ਸਾਡੇ ਲੋਕਲ ਬਾਡੀ ਦੇ ਵਿੱਚ ਜਿਹੜੇ ਅਫਸਰ ਰਹੇ ਆ ਅਤੇ ਅਜੇ ਵੀ ਹੈਗੇ ਆ, ਉਹ ਕਹਿੰਦੇ ਵੀ ਉਦੋਂ ਤਾਂ ਹਾਲਾਤ ਇਹ ਸੀ ਕਿ ਚੁੰਨੀ ਲਾਲ ਭਗਤ ਤਾਂ ਸੱਚਮੁੱਚ ਹੀ ਭਗਤ ਸੀ, ਲੋਕਲ ਬਾਡੀ ਦੇ ਵਿਭਾਗ ਨੂੰ ਚਲਾਉਂਦੇ ਹੀ ਇਹ ਹੁੰਦੇ ਸੀ ਅਤੇ ਬਦਨਾਮੀ ਇੰਨੀ ਕੁ ਹੋ ਗਈ ਸੀ। ਕਹਿੰਦੇ ਇੱਕ ਸੈਕਟਰੀ ਨੇ ਇਹ ਕਹਿਤਾ ਸੀ ਕਿ ਮਹਿੰਦਰ ਜੀ ਤੁਸੀਂ ਮੈਨੂੰ ਫੋਨ ਨਹੀਂ ਕਰਨਾ, ਮੈਨੂੰ ਜਿਹੜਾ ਫੋਨ ਕਰਨਾ ਮੰਤਰੀ ਜੀ ਕਰਨਾ, ਮੰਤਰੀ ਜੀ ਕਰਨਾ, ਅਨਕੰਸਟੀਟਿਊਸ਼ਨਲ ਜਿਹੜੀ ਅਥਾਰਟੀ ਆ ਮੈਂ ਉਹਦਾ ਫੋਨ ਨਹੀਂ ਚੱਕੂੰਗਾ। ਅੱਛਾ, ਮੈਂ ਮੰਨੂਗਾ ਨਹੀਂ, ਮਤਲਬ ਹਾਲਾਤ ਇਹ ਸੀ ਅਤੇ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਕਰਪਸ਼ਨ ਕੀਤੀ ਹੈ, ਲੇਕਿਨ ਲੋਕਾਂ ਦੀਆਂ ਗੱਲਾਂ ਬੜੀਆਂ ਕਰ ਲਈਆਂ, ਲੋਕ ਬੜੀਆਂ ਗੱਲਾਂ ਉੱਥਾਂ ਕਰਦੇ, ਹੁਣ ਇਹ ਉਹਨੂੰ ਮਿਲਾ ਕੇ ਦੇਖਣਾ ਪੈਣਾ ਵੀ ਉਹ ਕਿੰਨਾ ਕੀ ਕੁਛ ਸੀ। ਵੈਸੇ ਜਿਹੜੇ ਚੁੰਨੀ ਲਾਲ ਭਗਤ ਹੋਰਾਂ ਤੋਂ ਵੀ ਕੱਲ੍ਹ ਅਪੀਲ ਕਰਵਾਤੀ ਸੀ ਵੀ ਭਾਈ ਮੇਰੇ ਮੁੰਡੇ ਨੂੰ ਤੁਸੀਂ ਵੋਟਾਂ ਪਾ ਦਿਓ, ਭਗਤ ਕਮਿਊਨਿਟੀ ਕਾਫੀ ਹੈ ਉੱਥੇ, ਉਹਨਾਂ ਦੀਆਂ ਵੋਟਾਂ ਹੈਗੀਆਂ। ਦੂਜਾ ਕੱਲ੍ਹ ਇਲਜ਼ਾਮ ਲਾਤਾ ਜੀ, ਫਿਰ ਇੱਕ ਪ੍ਰੈਸ ਕਾਨਫਰੰਸ ਕਰਤੀ ਆਪਣੀ ਦੋ ਲੀਡਰਾਂ ਨੇ ਵੱਡਿਆਂ ਨੇ ਜੀ, ਸੀਤਾ ਨਾਲ ਹੋਰ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋ ਗਏ ਪ੍ਰਧਾਨ ਅਤੇ ਨਾਲ ਬਾਜਵਾ ਸਾਹਿਬ ਹੋ ਗਏ, ਉਹ ਕਹਿੰਦੇ ਜੀ 25 DSP ਲੈ ਆਉਂਦੇ ਇੱਥੇ ਹੋਰਾਂ ਕੰਸਟੀਚੁਸੀਸ ਦੇ ਵਿੱਚੋਂ, ਹੋਰਾਂ ਜ਼ਿਲ੍ਹਿਆਂ ਦੇ ਵਿੱਚੋਂ ਉਹਨਾਂ ਦੀ ਲਾਤੀ ਹੈ ਡਿਊਟੀ, ਔਰ ਉਹ ਡਿਊਟੀ ਲਾਉਣ ਤੋਂ ਬਾਅਦ ਕਹਿੰਦੇ ਜੀ ਇਹ ਬੂਥ ਕੈਪਚਰਿੰਗ ਕਰਨਗੇ। ਅਸੀਂ ਕਹਿੰਦੇ ਵੀ ਫਿਰ ਹੁਣ ਕੰਸਟੀਚੁਸੀ 'ਚੋਂ ਨਹੀਂ ਨਿਕਲਾਂਗੇ, ਪਰ ਅਸੀਂ ਉਵੇਂ ਨਹੀਂ ਜਾਵਾਂਗੇ ਕੰਸਟੀਚੁਸੀ, ਅਸੀਂ ਕਮਿਸ਼ਨਰ ਪੁਲਿਸ ਦੇ ਦਫ਼ਤਰ ਬਹਿ ਜਾਂਗੇ ਜਾ ਕੇ। ਠੀਕ ਹੈ, ਦੋਨੇ ਜਾਣੇ ਵੀ ਅਸੀਂ ਬੈਠੇ ਹਾਂ ਭਾਈ ਇੱਥੇ, ਅਸੀਂ ਨਿਗਾਹ ਰੱਖਾਂਗੇ ਜੀ। ਹੁਣ ਦਾਨੇ ਵਾਲੀਆਂ ਸਮਝ, ਮੈਂ ਪਹਿਲਾਂ ਕਹਿ ਕੇ ਗਿਆ ਕਿ ਜਿਹੜੀ ਇਹ ਇਲੈਕਸ਼ਨ ਹੈ ਨਾ, ਇਹ ਇਲੈਕਸ਼ਨ ਅਕਸਰ ਸਿਸਟਮ ਜਿੱਦਾਂ ਹੁੰਦਾ, ਬਿਲਕੁਲ ਬਿਲਕੁਲ, ਆਪਾਂ ਬਾਹਲੀ ਦੂਰ ਨਾ ਜਾਈਏ, ਆਪਾਂ ਜਾਈਏ 2002 'ਚ। 2002 ਦੇ ਵਿੱਚ ਸਰਦਾਰ ਸੁਜਾਨ ਸਿੰਘ ਮਲੋਟ ਸੀਟ ਤੋਂ ਅਕਾਲੀ ਦਲ ਦੇ ਕੈਂਡੀਡੇਟ ਸੀ, ਉਹ ਐਕਸਪਾਇਰ ਹੋ ਗਏ, ਉਹ ਐਕਸਪਾਇਰ ਹੋ ਗਈ ਅਤੇ ਉਹ ਜਿਹੜੀਆਂ ਇਲੈਕਸ਼ਨਾਂ ਮੁਲਤਵੀ ਹੋ ਗਈਆਂ ਸੀ ਅਤੇ ਦੁਬਾਰਾ ਇਲੈਕਸ਼ਨ ਹੋਈ ਜੀ। ਦੁਬਾਰਾ ਜਿਹੜੀ ਇਲੈਕਸ਼ਨ ਹੋਈ ਉਹਦੇ 'ਚ CPI ਦੇ ਨੱਥੂ ਰਾਮ ਹੋੜੀ ਖੜ੍ਹੇ ਹੋਏ, ਖੜ੍ਹੇ ਹੋ ਗਏ ਬਿਲਕੁਲ, CPI ਅਤੇ ਕਾਂਗਰਸ ਪਾਰਟੀ ਦੀ ਅੰਡਰਸਟੈਂਡਿੰਗ ਸੀ। ਜਦੋਂ ਨੱਥੂ ਰਾਮ ਖੜ੍ਹੇ ਹੋਏ ਆਪਾਂ ਗਏ, ਤੁਸੀਂ ਵੀ ਸਾਰੇ ਆਪਸ ਉੱਥੇ ਸੀ, ਉਸ ਵੇਲੇ ਮੈਨੂੰ ਇੱਕ ਸੱਜਣ ਮਿਲਿਆ, ਇੱਕ DSP ਮਿਲਿਆ ਸਿਵਲ ਵਰਦੀ 'ਚ ਖਲੋਤਾ, ਅਤੇ ਜੋ ਦੁਆ ਸਲਾਮ ਹੋਈ, ਮੈਂ ਕਿਹਾ ਕਿੱਥੇ ਹੋ ਭਾਅ ਜੀ ਤੁਸੀਂ? ਕਹਿੰਦਾ ਮੈਂ ਤਾਂ ਹੈਗਾ ਰੋਪੜ, ਅਤੇ ਮੈਂ ਕਿਹਾ ਇੱਥੇ ਕੀ ਲੈਣਾ? ਕਹਿੰਦਾ ਇਲੈਕਸ਼ਨ ਡਿਊਟੀ ਜੀ। ਮੈਂ ਕਿਹਾ ਜੀ ਇਹ ਕਿਹੜੀ ਇਲੈਕਸ਼ਨ ਡਿਊਟੀ ਹੈ, ਇੱਥੇ ਕਿਹੜਾ ਬੰਦੇ ਪੁਲਿਸ ਘਾਟ ਗਈ? ਉਹ ਕਹਿੰਦਾ ਨਹੀਂ, ਅਸੀਂ ਤਾਂ ਫਿਰ ਇਲੈਕਸ਼ਨ 'ਤੇ ਆਏ ਹਾਂ ਨਾ ਜੀ। ਉਹਨਾਂ ਦੇ ਨਾਲ ਫਿਰ ਫੋਰਸ ਵੀ ਆਈ ਸੀ, ਅਤੇ ਉਦੋਂ ਇਹ ਕਹਿੰਦੇ ਹੁੰਦੇ ਸੀਗੇ ਜੀ ਵੀ ਪੋਲਿੰਗ ਸਟੇਸ਼ਨ ਥਾਣਿਆਂ 'ਚ ਚਲੇ ਗਏ ਸੀ। ਬਿਲਕੁਲ, ਮੈਨੂੰ, ਮੈਂ ਨਾਂ ਨਹੀਂ ਲੈਂਦਾ ਜੀ, ਬੜਾ ਸੀਨੀਅਰ ਲੀਡਰ, ਉਹਦਾ ਕੁੜਤਾ ਪਾੜਤਾ ਸੀ ਅਤੇ ਮੈਨੂੰ ਫੋਨ ਆਇਆ ਵੀ ਆ ਕੇ ਸਾਨੂੰ ਕੱਢ ਕੇ ਲਿਜਾਓ ਕੈਮਰੇ ਦੀ ਸ਼ੈਡੋ 'ਚੋਂ ਅੰਦਰੋਂ। ਮੈਂ ਫਿਰ ਉਹ ਤੋਂ ਅਗਲੀ ਗੱਲ ਦੱਸਦਾ ਤੁਹਾਨੂੰ, ਜਦੋਂ ਫਿਰ ਉੱਥੇ ਕੁੱਟ ਕਟਾਪਾ ਪਿਆ, ਹੁਣ ਇਸ ਦੁਨੀਆਂ ਦੇ ਵਿੱਚ ਇੱਕ ਸੱਜਣ ਹੈ ਨਹੀਂ, ਉਹਨਾਂ ਦਿਨਾਂ 'ਚੋਂ ਕਾਂਗਰਸ ਪਾਰਟੀ ਦਾ ਬੜਾ ਕਹਿੰਦਾ ਕਹਾਉਂਦਾ ਲੀਡਰ ਹੁੰਦਾ ਸੀ ਦਾਨੇਵਾਲੀਆ ਸਾਹਿਬ, ਜਦੋਂ ਮੁਕਤਸਰ ਵਾਲੇ ਪਾਸੋਂ ਫਿਰ ਉਹ ਆਇਆ ਨਾ, ਉਹਦੀ ਇੰਟਰੀ ਹੋਈ ਅਤੇ ਉਹਨੇ ਆਉਂਦਿਆਂ ਸਰ ਫਿਰ ਭਗਾਟ ਪਾਇਆ, ਕਾਲੀਗਾ ਨੂੰ ਕੁੱਟ ਕੁੱਟ ਕੇ ਭਜਾਉਣ ਲੱਗ ਗਏ, ਅਤੇ ਆਪਣਾ ਸ਼ਮਸ਼ੇਰ ਸਿੰਘ ਢਿੱਲੋਂ ਔਲਖ ਪਿੰਡ ਦੇ ਵੀ ਪੂਰੇ ਡਲੇ ਚੱਲੇ ਜੀ, ਸਾਡੇ ਉਂਗਲਾਂ ਭੰਨੀਆਂ ਵੀ ਆ ਮੇਰੀਆਂ। ਮੈਂ ਤੁਹਾਨੂੰ ਔਲਖ ਦੀ, ਮੈਂ ਤੁਹਾਨੂੰ ਸ਼ਹਿਰ ਦੀ ਗੱਲ ਦੱਸਾਂ। ਹਾਂਜੀ, ਸ਼ਮਸ਼ੇਰ ਸਿੰਘ ਢਿੱਲੋਂ ਜਿਹੜਾ ਉਦੋਂ ਹਿੰਦੁਸਤਾਨ ਟਾਈਮ ਦਾ ਰਿਪੋਰਟਰ ਹੁੰਦਾ ਸੀ, ਆਪਣਾ ਕੈਮਰਾਮੈਨ ਹੁੰਦਾ ਸੀ,
ਸ਼ਮਸ਼ੇਰ ਸਿੰਘ ਢਿੱਲੋਂ ਦੇ ਵੀ ਆ ਕੇ ਉਹਨੇ ਜਿਹੜੀ ਹਬਦਬ ਕੀਤੀ, ਫਿਰ ਅਸੀਂ ਰੌਲਾ ਪਾਇਆ ਉੱਥੇ ਜੀ, ਔਰ ਰੌਲਾ ਪੈਣ ਤੋਂ ਬਾਅਦ ਖੈਰ ਉਹਨੂੰ ਮਾਫ਼ੀ ਮੁਫੀ ਮੰਗਵਾਈ ਅਤੇ ਸਾਰੇ ਸ਼ਹਿਰ ਦੇ ਵਿੱਚ ਹਾਹਾਕਾਰ ਹੋ ਗਿਆ ਵੀ ਆਹ ਹੋਈ ਕੀ ਜਾਂਦਾ। ਔਰ ਜੇ ਆਪਾਂ ਦੇਖੀਏ ਮਲੋਟ ਸੀਟ ਤਾਂ ਬਾਦਲ ਪਰਿਵਾਰ ਦਾ ਆਪਣਾ ਘਰ ਹੈ, ਘਰ ਹੈ ਬਿਲਕੁਲ ਜੀ, ਉੱਥੇ ਤਾਂ ਫੈਸਲਾ ਉਹੀ ਹੁੰਦਾ ਜੋ ਬਾਦਲ ਪਰਿਵਾਰ ਕਹਿ ਦੇ। ਅਤੇ ਫਿਰ ਬਾਦਲ ਪਰਿਵਾਰ, ਬਾਦਲ ਸਾਹਿਬ ਉਦੋਂ ਵੱਡੇ ਬਾਦਲ ਸਾਹਿਬ ਕਿਸੇ ਦੇ ਘਰੇ ਬੈਠੇ ਸੀ ਜੀ। ਚਲੋ ਸਾਰੇ ਵੀ ਹੁਣ ਕੀ ਕਰੀਏ ਜੀ, ਇਹੋ ਜੀ ਕਾਹ ਕੁਛ ਹੋ ਜਾਂਦਾ, ਚਲੋ ਚੱਲਦੇ ਹਾਂ ਬਾਦਲ ਸਾਹਿਬ ਕੋਲ। ਬਾਦਲ ਸਾਹਿਬ ਕੋਲ ਚਲੇ ਗਏ ਜੀ, ਮੀਡੀਆ ਵਾਲੇ ਵੀ ਆਪਾਂ ਚਲੋ ਉਹਨਾਂ ਦਾ ਵਰਜਨ ਲੈਂਦੇ, ਬਾਦਲ ਸਾਹਿਬ ਆਪ ਤਾਂ ਕੁਛ ਜੇ ਮੀਡੀਆ ਨੂੰ ਤਾਂ ਬੋਲਣ ਹੀ ਨਹੀਂ ਦਿੱਤਾ। ਅਤੇ ਅਕਾਲੀ ਵਿਚਾਰੇ ਜਿਹੜੇ ਉੱਥੇ ਕੁੱਟੇ ਮਾਰੇ ਸੀ, ਉਹ ਆਖਣ ਜੀ ਆਹ ਦੇਖੋ ਜੀ ਮੇਰੇ ਇੱਥੇ ਵੱਜ ਗਈ ਡਾਂਗ, ਮੇਰੇ ਜੀ ਆਹ ਵੱਜ ਗਈ ਜੀ, ਭਜਾਤਾ ਜੀ ਆਪਣੇ ਦਾ ਬੂਥ 'ਤੇ ਕਬਜ਼ਾ ਕਰ ਲਿਆ। ਬਾਦਲ ਸਾਹਿਬ ਸ਼ਾਂਤੀ, ਕੋਈ ਨਹੀਂ, ਹੌਸਲਾ ਰੱਖੋ, ਉਹਨਾਂ ਦੀ ਭਾਈ ਸਰਕਾਰ ਹੈ ਜੀ, ਇਹਦੀ ਸਰਕਾਰ ਹੁੰਦੀ, ਕੋਈ ਨਹੀਂ ਸਾਰੋ ਤੁਸੀਂ ਆਪਣੀ ਸਰਕਾਰ ਬਣ ਜੂਗੀ, ਫਿਰ ਆਪਾਂ ਵੀ ਲੈ ਲਾਂਗੇ ਬਦਲੇ ਵੀ ਆਹੀ ਕੁਛ ਆਪਾਂ ਕਰ, ਆਹੀ ਕੁਛ ਆਪਾਂ ਕਰ। ਇਹ ਜਿਹੜਾ ਉਦੋਂ ਤੋਂ ਸ਼ੁਰੂ ਹੋਇਆ, ਅਤੇ ਮਤਲਬ ਹੁਣ ਬਹੁਤ ਸਾਰੇ ਲੋਕ ਇਸ ਗੱਲ ਦੇ ਉੱਤੇ ਇਤਰਾਜ਼ ਕਰਦੇ ਆ ਵੀ ਭਗਵੰਤ ਸਿੰਘ ਮਾਨ ਉੱਥੇ ਕਿਉਂ ਬੈਠੇ, ਭਗਵੰਤ ਸਿੰਘ ਮਾਨ ਦੀ ਭਾਈ ਹੋਣ ਦਾ ਸਵਾਲ ਹੈ, ਕਿਉਂ ਨਾ ਬੈਠੂਗਾ ਉੱਥੇ, ਹੋਰ ਕੌਣ ਜਾ ਕੇ ਬਾਦਲ ਸਾਹਿਬ ਥੋੜ੍ਹਾ ਬੈਠਣਗੇ ਉੱਪਰੋਂ ਆ ਕੇ, ਉਹ ਤਾਂ ਭਗਵੰਤ ਸਿੰਘ ਮਾਨ ਨੇ ਬੈਠਣਾ। ਪਰ ਦਾਨੇ ਵਾਲੀਆਂ ਜੀ, ਇੱਥੇ ਹੁਣ ਮੈਂ ਇੱਕ ਤਾਰੀਫ ਕਰਨੀ ਬਣਦੀ ਹੈ ਭਗਵੰਤ ਸਿੰਘ ਮਾਨ ਦੀ ਜੀ, ਵੀ ਐਤਕੀ ਜਿਹੜੀ ਉਹਨਾਂ ਨੇ ਚੋਣ ਲੜਨ ਦਾ ਤਰੀਕਾਕਾਰ ਅਪਣਾਇਆ ਨਾ, ਉਹੀ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਹੁੰਦਾ ਸੀ। ਠੀਕ ਹੈ ਜੀ, ਆਹ ਹੁਣ ਤੁਸੀਂ ਦੇਖੋ ਵੀ ਐਤਕੀ ਇਲੈਕਸ਼ਨਾਂ ਹੋਈਆਂ, ਲੰਬੀ ਦੇ ਵਿੱਚੋਂ ਵੋਟਾਂ ਤਾਂ ਭਾਵੇਂ ਉਨੀਆਂ ਪਈਆਂ, ਪਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟਾਂ ਕਾਫੀ ਵੱਧ ਗਈਆਂ। ਹਾਂਜੀ, ਇੱਥੇ ਪਰਿਵਾਰ ਨੇ ਉਹੀ ਜਾਂ ਬਠਿੰਡਾ ਸੀਟ ਆਈ ਹੈ, ਉਹੀ ਉਹੀ ਫਾਰਮੂਲਾ ਬਾਦਲ ਸਾਹਿਬ ਵਾਲਾ ਫਾਰਮੂਲਾ ਹੀ ਹੈ ਜੀ। ਉੱਥੇ ਕੀ ਫਾਰਮੂਲਾ ਅਪਣਾਇਆ ਜੀ, ਜੋ ਮੇਰੀ ਜਾਣਕਾਰੀ ਮਿਲੀ ਹੈ ਉਹ ਇਹ ਹੈ ਕਿ ਇਹਨਾਂ ਨੇ ਜਿੰਨੇ ਲੋਕ ਉੱਥੇ ਉਹਨਾਂ ਦੇ ਲਾਏ ਹੈ ਨਾ, ਇੰਚਾਰਜ ਵਰਕਰ ਲਾਏ ਆ, ਵੀ ਕੋਈ ਮਹੱਲੇ ਦਾ ਇੰਚਾਰਜ ਲਾਤਾ, ਇੱਕ ਵਾਰਡ ਦਾ ਇੰਚਾਰਜ ਲਾਤਾ, ਵਾਰਡ ਕਾਫੀ ਹੈ। ਹਾਂਜੀ, ਵਾਰਡਾਂ ਦੇ ਇੰਚਾਰਜ ਲਾਤੇ, ਅਤੇ ਵਾਰਡਾਂ ਦੇ ਇੰਚਾਰਜਾਂ ਦੇ ਥੱਲੇ ਮਹੱਲਿਆਂ ਦੇ ਇੰਚਾਰਜ ਲਾਤੇ, ਫਿਰ ਮਹੱਲਿਆਂ ਦੇ ਵਿੱਚ ਫਿਰ ਇਹ ਆ ਗਿਆ ਵੀ ਤੈਨੂੰ ਭਾਈ ਆ ਪੰਜ ਘਰ ਦੇ, ਅਤੇ ਤੂੰ ਇਹਨਾਂ ਪੰਜਾਂ ਘਰਾਂ 'ਚ ਕੰਮ ਕਰ ਰਿਹਾ। ਬੰਦੇ ਪੰਜਾਂ ਘਰਾਂ 'ਚ ਕੰਮ ਕਰਦੇ ਜੋ ਕੀ ਕਰਦੇ ਹੈ, ਉਹ ਜਾ ਕੇ ਬੁਲਾਉਂਦੇ ਆ, ਫਤਿਹ ਬੁਲਾਉਂਦੇ ਆ, ਕਹਿੰਦੇ ਜੀ ਦੱਸੋ ਥੋੜ੍ਹਾ ਕੰਮ ਕੀ ਹੈ, ਕਹਿੰਦੇ ਕੋਈ ਕੰਮ ਹੀ ਨਹੀਂ ਸਾਡਾ। ਜਲੰਧਰ ਦੇ ਲੋਕ ਸਵਾਲ ਹੈ, ਕਹਿੰਦੇ ਜੀ ਗੱਲ ਇਹ ਵੀ ਤੁਹਾਡਾ ਪੰਜਾਬ ਦੇ ਕਿਤੇ ਵੀ ਤੁਹਾਡੇ ਰਿਸ਼ਤੇਦਾਰ ਦਾ, ਕਿਸੇ ਵੀ ਤੁਹਾਡੇ ਸੱਜਣ ਮਿੱਤਰ ਦਾ ਕੋਈ ਕੰਮ ਹੋਵੇ ਤਾਂ ਉਹ ਦੱਸੋ ਦੱਸੋ। ਫਿਰ ਉਹ ਦੱਸ ਦਿੰਦੇ ਜੀ ਸਾਡਾ ਕੰਮ ਹੈਗਾ ਜੀ ਪੁਲਿਸ ਕੋਲ, ਸਾਡੇ ਬੰਦੇ ਦੇ ਉੱਤੇ ਹੋਇਆ ਸੀ ਪਰਚਾ, ਅਤੇ ਉਹ ਪਰਚਾ ਕੈਂਸਲ ਕਰਾਉਣਾ। ਅੱਛਾ, ਉਹ ਨਾਲ ਦੀ ਨਾਲ ਜੀ ਉਹਦਾ ਇੱਕ ਵਟਸਐਪ ਗਰੁੱਪ ਬਣਿਆ, ਕਹਿੰਦੇ ਉਹ ਬੰਦਾ ਫਿਰ ਉੱਥੋਂ ਵਟਸਐਪ ਮੈਸੇਜ ਕਰ ਦਿੰਦਾ ਵੀ ਆਹ ਬੰਦੇ 'ਤੇ ਇਸ ਥਾਂ ਦੇ ਉੱਤੇ ਫਲਾਣੇ ਥਾਣੇ 'ਚ ਭਾਈ ਪਰਚਾ ਹੋਇਆ। ਇਹ ਮਿਸਾਲ ਹੈ ਇੱਕ, ਮੈਂ ਇਹ ਮਤਲਬ ਵੀ ਪਰਚਿਆਂ ਵਾਲੀ ਗੱਲ ਹੈ, ਇਹ ਮਿਸਾਲ ਹੈ। ਅਤੇ ਉੱਥੋਂ ਨਾਲ ਦੀ ਨਾਲ ਹੀ ਕਹਿੰਦੇ ਜੀ ਫਿਰ ਸਿਸਟਮ ਡੀ ਜੀ ਪੀ ਨੂੰ ਫੋਨ ਮਾਰਦਾ ਜੀ ਕਿ ਡੀ ਜੀ ਪੀ ਸਾਹਿਬ ਇਹਦੇ 'ਤੇ ਅਮਲ ਕਰਕੇ ਜਰਾ ਕਰੋ, ਦੱਸੋ ਯਕੀਨੀ ਬਣਾ ਕੇ ਅਤੇ ਕਰੋ, ਮੋੜਵਾਂ ਫੋਨ ਕਰ ਦਿਓ। ਫਿਰ ਕਹਿੰਦੇ ਜੀ ਮੋੜਵਾਂ ਫੋਨ ਹੋ ਜਾਂਦਾ, ਹਾਂਜੀ ਹੋ ਗਿਆ। ਫਿਰ ਉਹਨਾਂ ਦੇ ਘਰ ਕਹਿੰਦੇ ਲਓ ਜੀ ਥੋੜ੍ਹਾ ਕੰਮ ਹੋ ਗਿਆ, ਕੋਈ ਲੋਕਲ ਬਾਡੀ ਦਾ ਕਰ ਦਿੰਦਾ, ਕੋਈ ਰੈਵਨਿਊ ਦਾ ਕਰ ਦਿੰਦਾ, ਕੋਈ ਪੰਚਾਇਤਾਂ ਦਾ ਕਰ ਦਿੰਦਾ ਜੀ, ਸਾਰੇ ਪੰਜਾਬ ਦੇ ਲੋਕਾਂ ਦੇ। ਮੇਰੇ ਖਿਆਲ ਬਦਕਿਸਮਤੀ ਹੋਊਗਾ ਕੋਈ ਜਿਹਦਾ ਕੰਮ ਨਹੀਂ ਹੋਇਆ ਹੋਣਾ, ਸਭ ਦੇ ਕੰਮ ਉੱਥੇ ਹੋ ਗਏ। ਇਹ ਠੀਕ ਹੈ ਕਿ ਮਾਲਵੇ ਨਾਲੋਂ ਦੁਆਬੇ ਦੇ ਲੋਕ ਕਿਤੇ ਜ਼ਿਆਦਾ ਸੁਚੇਤ ਹੈ ਜੀ, ਇਹ ਠੀਕ ਹੈ ਕਿ ਉੱਥੇ ਜਿਹੜੀ ਹੈਗੀ ਹੈ ਚੇਤਨਤਾ ਲੋਕਾਂ 'ਚ ਬਹੁਤ ਜ਼ਿਆਦਾ ਹੈ। ਇਹ ਵੀ ਠੀਕ ਹੈ ਕਿ ਉਹ ਲੋਕ ਮਾਲੀ ਤੌਰ 'ਤੇ ਸਮਰੱਥ ਹੈ, ਬਹੁਤ ਸਾਰੇ ਲੋਕ ਜਿਹੜੇ ਹੈਗੇ ਵਿਦੇਸ਼ਾਂ 'ਚ ਬੈਠੇ ਆ, ਮੇਰੇ ਖਿਆਲ ਕੋਈ ਘਰ ਹੀ ਹੋਊ ਜਿਹਨਾਂ ਦਾ ਨਾ ਹੋਊਗਾ। ਪਰ ਫਿਰ ਵੀ ਦਾਨ ਵਾਲੀਆ ਸਾਹਿਬ, ਜਦੋਂ ਸਰਕਾਰ ਤੁਹਾਡੇ ਦੁਆਰ ਆ ਜੇ ਅਤੇ ਤੁਹਾਡਾ ਹਰ ਕੰਮ ਕਰਨ ਨੂੰ ਤਿਆਰ ਹੋਵੇ, ਬੰਦਾ ਫਿਰ ਇੱਕ ਵਾਰੀ ਸਰਕਾਰੋਂ ਮਿਲਿਆ ਤੇਲ ਜੁੱਤੀ 'ਚ ਪਵਾ ਲਈਏ, ਤੇ ਫਿਰ ਨਾ ਫਿਰ ਜੀ ਤੋਂ ਫਿਰ ਆਪਾਂ ਕੁਛ ਲੈ ਲੈਂਦੇ ਵੀ ਯਾਰ ਐਤਕੀ ਪਾ ਹੀ ਦਿੰਦੇ ਪਾ ਹੀ ਦਿੰਦੇ ਐਤਕੀ ਪਾ ਹੀ ਦਿੰਦੇ, ਕੀ ਗੱਲ ਯਾਰ ਆਪਣਾ ਇੰਨਾ ਕੰਮ ਕਰਦਾ ਹੀ ਨਹੀਂ, ਹੁਣ ਕੀ ਹੈ ਨਾਲੇ ਆਪਣੀਆਂ ਨੇਤਾ ਜੀ ਨਾਲੇ ਅੱਜ ਹੋਗੀ ਜੀ ਜਿਹੜਾ ਆਉਂਦਾ, ਫਿਰ ਉਦੋਂ ਹਰੇਕ ਹੀ ਬਣ ਜਾਂਦਾ। ਅਸੀਂ ਦੇਖਿਆ ਜੋ ਜਗਮੀਤ ਸਿੰਘ ਬਰਾੜ ਨੇ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ, ਉਹਨਾਂ ਦਿਨਾਂ ਦੇ ਵਿੱਚ ਹੁਣ ਸਾਰੇ ਤਾਂ ਹੈ ਨਹੀਂ ਸੀ, ਭਰਾ ਤਾਂ ਉਹਦੇ ਨਾਲ ਇੱਕੋ ਹੀ ਹੈ ਜੀ, ਇਕੱਲਾ ਰਿਪਜੀਤ ਸੀ ਅਤੇ ਬਾਕੀ ਜਿਹੜੇ ਹੈਗੇ ਵੀ ਕਿਵੇਂ ਕਰੀਏ। ਉੱਥੇ ਜਿਹੜੇ ਇਹਨਾਂ ਲੰਬੇ ਲੰਬੇ ਕੋਈ ਹੋਰ ਦੂਰੋਂ ਨੇੜੇ ਕਰਕੇ ਕਹਿੰਦੇ ਜੀ ਆਹ ਜਗਮੀਤ ਸਿੰਘ ਬਰਾੜ ਮਾਸੀ ਦਾ ਪੁੱਤ, ਮਾਸੀ ਲੰਮਾ ਕਲੰਜਾ ਜਿਹਾ ਵੇਖ ਲੈਂਦੇ, ਹਾਂ ਵੀ ਆਹ ਮਾਸੀ ਦਾ ਪੁੱਤ ਆ ਜੀ, ਕੋਈ ਮਾਮੇ ਦਾ ਪੁੱਤ ਬਣਾਤਾ, ਕੋਈ ਮਾਸੀ ਦਾ ਪੁੱਤ ਬਣਾਤਾ। ਅਗਲਾ ਕਹਿੰਦਾ ਸਾਡੇ ਘਰੇ ਤਾਂ ਜਗਮੀਤ ਸਿੰਘ ਬਰਾੜ ਦਾ ਮਾਸੀ ਦਾ ਪੁੱਤ ਆਇਆ ਸੀ, ਉਦੋਂ 5000 ਵੋਟਾਂ ਦੇ ਫਰਕ ਨਾਲ ਬਰਾੜ ਸਾਹਿਬ ਇਸ ਕਰਕੇ ਜਿੱਤ ਗਏ। ਸੋ ਇਹੀ ਚੀਜ਼ ਐਤਕੀ ਭਗਵੰਤ ਮਾਨ ਹੋਰਾਂ ਨੇ ਜਿਹੜੀ ਲੜਾਈ ਲੜੀ ਹੈ ਨਾ, ਉਹ ਲੜਾਈ ਲੜੀ ਹੈ ਇਸ ਢੰਗ ਨਾਲ ਜੀ।
ਹੁਣ ਇਹਦੇ 'ਚ ਇਹ ਹੈ ਕਿ ਜੋ ਗੱਲਾਂ ਸਾਹਮਣੇ ਆ ਰਹੀਆਂ, ਵੈਸੇ ਮੇਰਾ ਪਹਿਲਾਂ ਇਹ ਨਿਰਣਾ ਸੀ ਜਦੋਂ ਆਪਾਂ ਵੋਟਾਂ ਦਾ ਵੇਖਦੇ ਹਾਂ ਨਾ ਮਾਰਜਨ ਜੀ, ਕਿ ਉਹ ਜਿੱਤੀ ਹੋਈ ਹੈ ਪਾਰਲੀਮੈਂਟ ਦੀ ਸੀਟ ਮਹੀਨਾ ਸਵਾ ਮਹੀਨਾ ਪਹਿਲਾਂ ਜਿੱਤੀ ਹੈ ਉੱਥੇ, ਜਿਹੜੀ ਹੈ ਲਗਭਗ ਹਾਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ 44,000 ਵੋਟਾਂ ਨਾਲ ਜਿੱਤੀ ਸੀ ਜੀ, ਔਰ ਭਾਰਤ ਜਿਹੜੀ ਹੈਗੀ ਤੁਹਾਡੀ ਭਾਰਤੀ ਜਨਤਾ ਪਾਰਟੀ ਨੰਬਰ 2 'ਤੇ ਸੀ ਜੀ, ਉਹਨਾਂ ਨੂੰ ਕੋਈ 45,000 ਵੋਟ ਪਈ ਹੈ, 1500 ਵੋਟ ਦਾ ਫਰਕ ਉਹਦੇ ਨਾਲ ਸੀ, ਇਹ ਪੱਛਮੀ 'ਚੋਂ ਪੱਛਮੀ ਚੋਂ। ਅਤੇ ਪੱਛਮੀ ਦੇ ਵਿੱਚੋਂ ਕਿੰਨੀ ਵੋਟ ਪਈ ਹੈ ਜੀ ਆਮ ਆਦਮੀ ਪਾਰਟੀ ਨੂੰ? ਸਿਰਫ 15,000 ਹੁਣ ਗੇਨ, 15,000 ਅਤੇ 40,000 ਦਾ ਫਰਕ ਬਹੁਤ ਬਹੁਤ ਜ਼ਿਆਦਾ, 3 ਗੁਣਾ ਦਾ ਫਰਕ, 3 ਗੁਣਾ ਜੇ 3 ਗੁਣਾ ਦਾ ਫਰਕ ਕੱਢਦੇ ਹੈ ਮਾਨ ਸਾਹਿਬ ਔਰ ਉਹ ਸੀਟ ਜਿੱਤ ਜਾਂਦੇ ਆ, ਤਾਂ ਫਿਰ ਤਾਂ ਦਿੱਲੀ ਵਾਲਿਆਂ ਨੂੰ ਮੁੱਛਾਂ ਨੂੰ ਵੱਟ ਦੇਊਗਾ ਜੱਟ, ਦੇਊਗਾ ਵੀ ਹਾਂ ਬਈ ਉਹ ਉਹਦੇ ਨਾਲ ਹੀ ਨਾਲ ਕਹਿੰਦੇ ਰਾਘਵ ਚੰਨ ਨੂੰ ਕੀ ਹੈ ਤੇਰੇ ਕੋਲ। ਅਰਦਾਨੇ ਵਾਲੀਆ ਸਾਹਿਬ ਮੇਰੀ, ਚਲੋ ਹੋਰ ਤਾਂ ਕੋਈ ਗੱਲ ਆਪਣੀ ਹੈ, ਚਲੋ ਨੀਤੀਆਂ ਸਰਕਾਰਾਂ ਦੀਆਂ ਕਿਸੇ ਚੰਗੀ ਨਹੀਂ ਹੁੰਦੀ ਮਾੜੀ, ਪਰ ਜੇ ਭਗਵੰਤ ਮਾਨ ਦੀ ਦਿੱਲੀ ਤੋਂ ਮੁਕਤੀ ਹੋ ਜੇ ਜੀ, ਉਹ ਦਿੱਲੀ ਵਾਲੀ ਗੁਲਾਮੀ ਹੈ ਨਾ ਜਿਹੜੀ ਬੜੀ ਭਿਆਨਕ ਹੈ, ਭਿਆਨਕ ਹੈ। ਆਪਾਂ ਕਾਂਗਰਸ ਦੀ ਵੀ ਦੇਖ ਲਈਏ, ਭਾਰਤੀ ਜਨਤਾ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਸਾਰੀਆਂ, ਹੁਣ ਨੈਸ਼ਨਲ ਪਾਰਟੀਆਂ ਦੀ ਗੱਲ ਦੇਖੋ ਵੀ ਉਹ ਜਿਹੜਾ ਲੁਧਿਆਣੇ 'ਚ ਹੋਇਆ ਨਿਗਾਲਾ ਮਾਮਲਾ ਜੀ, ਜੇ ਉਸ ਮਾਮਲੇ ਦੇ ਵਿੱਚ ਸੁਨੀਲ ਕੁਮਾਰ ਜਾਖੜ ਨੂੰ ਜਾ ਕੇ ਗਵਰਨਰ ਸਾਹਿਬ ਨੂੰ ਮਿਲਣਾ ਪੈ ਜੇ ਵੀ ਤੁਸੀਂ ਬਹੁਤ ਵਧੀਆ ਕੀਤੀ ਜੀ ਗਵਰਨਰ ਸਾਹਿਬ, ਤੁਸੀਂ ਜਾ ਕੇ ਨਾ ਗਵਰਨਰ ਸਾਹਿਬ ਪਰਿਵਾਰ ਨੂੰ ਮਿਲਿਆ ਨਾ ਉਹਨਾਂ ਨੂੰ ਮਿਲਿਆ, ਉਹ ਮੇਰਾ ਨਹੀਂ ਕਿਹਾ ਕਿ ਜਾਖੜ ਸਾਹਿਬ ਦਾ ਜੀ ਕਰਦਾ ਸੀ ਜਾਣ ਨੂੰ, ਪਰ ਕਿਉਂਕਿ ਉਹ ਦਿੱਲੀ ਸੀ, ਦਿੱਲੀ ਦਾ ਹੁਕਮ ਹੈ, ਉਹੀ ਭਗਵੰਤ ਮਾਨ ਵਾਸਤੇ ਦਿੱਲੀ ਦਾ ਹੁਕਮ ਹੈ ਅਤੇ ਉਹੀ ਕਾਂਗਰਸ ਵਾਲਿਆਂ ਵਾਸਤੇ, ਬਿਲਕੁਲ ਠੀਕ ਹੈ ਨਾ। ਇੱਥੇ ਮਤਲਬ ਹੈ ਜੇ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਕਿ ਅਕਾਲੀ ਦਲ ਦੀ ਕਿਉਂ ਲੋੜ ਹੈ ਇੱਕ ਮਜ਼ਬੂਤ ਅਕਾਲੀ ਦਲ ਦੀ, ਉਹ ਇਸ ਕਰਕੇ ਕਿ ਅਕਾਲੀ ਦਲ ਦੇ ਉੱਤੇ ਕੋਈ ਦਿੱਲੀ ਵਾਲਾ ਹੈ ਨਹੀਂਗਾ, ਠੀਕ ਹੈ ਨਾ। ਔਰ ਜੇ ਭਗਵੰਤ ਮਾਨ ਨੂੰ ਮਤਲਬ ਆਪਾਂ ਤਾਂ ਇਹੀ ਦੁਆ ਕਰਦੇ ਹਾਂ ਜੇ ਭਗਵੰਤ ਮਾਨ ਨੂੰ ਦਿੱਲੀ ਤੋਂ ਮੁਕਤੀ ਮਿਲ ਜੇ ਜੀ, ਤਾਂ ਮੇਰਾ ਖਿਆਲ ਹੈ ਵੀ ਇਹ ਗੁੱਡ ਗਵਰਨੈਂਸ ਦੇ ਸਕਦਾ ਜਿੰਨਾ ਕੁ ਸਮਾਂ ਇਹਨਾਂ ਕੋਲ ਰਹਿ ਗਿਆ ਜੀ। ਚਲੋ ਇਹ ਤਾਂ ਦਿੱਲੀ ਦੀ ਕਰਦੇ ਹਾਂ, ਪਰ ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਜਿਹੜਾ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ ਉਹਦੇ ਉੱਤੇ ਵੀ ਚਰਚਾ ਕਰਾਂਗੇ। ਭੈਣ ਜੀ, ਵਿਆਹ ਲਈ ਕੱਪੜਿਆਂ ਦੀ ਤੇ ਸ਼ੋਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੂਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੂਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ, ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 6167 93 54।
ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ। ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL, because we care. ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ। ਜੇਕਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕੋਈ ਪੇਡ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਰੀਲ ਚਲਾਉਣੀ ਹੈ ਤਾਂ ਵੀ 9780141741 ਤੇ ਹੁਣ ਢਿੱਲੋ ਸਾਹਿਬ, ਆਪਾਂ ਜਿਵੇਂ ਮੁੱਖ ਮੰਤਰੀ ਦੀਆਂ ਗੱਲਾਂ ਤਾਂ ਆਪਾਂ ਕਰ ਲਈਆਂ ਕਿ ਮੁੱਖ ਮੰਤਰੀ ਜਿੱਤ ਜੂਗਾ ਚੋਣ, ਬੜਾ ਕਾਬਲ ਹੈ ਬੜੇ ਤਰੀਕੇ ਨਾਲ, ਪਰ ਕਾਬਲੀਅਤ ਜਿਹੜੀ ਹੈਗੀ ਹੈ ਉਹਦੇ ਉੱਤੇ ਵੀ ਜਿਹੜਾ ਕਾਲਾ ਦਾਗ ਚੰਦ ਦੇ ਵਿੱਚ ਕਾਲਾ ਦਾਗ ਨਜ਼ਰ ਆ ਰਿਹਾ ਉਹ ਹੈ ਅਮਨ ਕਾਨੂੰਨ ਦੀ ਸਥਿਤੀ। ਅੱਜ ਮੈਂ ਪੜ੍ਹ ਰਿਹਾ ਸੀ, ਪਿਛਲੇ 36 ਘੰਟਿਆਂ ਦੇ ਵਿੱਚ ਡੇਰਾ ਬੱਸੀ ਦੇ ਵਿੱਚੋਂ 8 ਨਾਬਾਲਗ ਬੱਚੇ ਗਾਇਬ ਹੋ ਗਏ ਜੀ। ਇਕੱਲੀ ਬੱਚਿਆਂ ਦੇ ਨਾਬਾਲਗ, ਜਿਹੜਾ ਦਿਨ ਦਿਹਾੜੇ ਹੁੰਦਾ ਉਹ ਤਾਂ ਵੱਖਰੀ ਗੱਲ, ਜਿਹੜਾ ਹਾਂਜੀ ਜਿਹੜਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਦਹਿਸ਼ਤ ਵਾਲਾ ਮਾਹੌਲ ਬਣਦਾ, ਉਹ ਬਹੁਤ ਵੱਡੀ ਗੱਲ। ਹੁਣ ਤੁਸੀਂ ਇਹ ਦੇਖੋ ਕਿ 48 ਘੰਟੇ ਪਹਿਲਾਂ ਜੀ ਮੌੜ ਮੰਡੀ 'ਚ ਕੀ ਹੋਇਆ। ਅੱਛਾ ਜੀ, ਮੌੜ ਮੰਡੀ ਦੇ ਵਿੱਚ ਇੱਕ ਨੌਜਵਾਨ ਹੈ ਜਸਪਾਲ ਸਿੰਘ, ਹਾਂਜੀ, ਟਰੱਕ ਯੂਨੀਅਨ ਦੇ ਵਿੱਚੋਂ ਬਾਹਰ ਨਿਕਲਦਾ ਅਤੇ ਉਹਨੂੰ ਉਹਦੇ ਵਿਰੋਧ ਵਾਲੇ ਬੰਦੇ ਘੇਰ ਲੈਂਦੇ। ਠੀਕ ਹੈ ਜੀ। ਘੇਰ ਕੇ ਅਤੇ ਫਿਰ ਉਹਦਾ ਬਹੁਤ ਬੁਰੀ ਤਰ੍ਹਾਂ ਕਟਾਪਾ ਹੁੰਦਾ ਹੈ ਜੀ। ਚਲੋ ਕਟਾਪਾ ਹੋ ਗਿਆ, ਬੰਦਾ ਜਿਉਂਦਾ ਵੀ ਨਹੀਂ ਰਹਿ ਸਕਿਆ, ਇੱਕ ਵੱਖਰੀ ਗੱਲ ਹੈ। ਪਰ ਉਹਦਾ ਪਿਛੋਕੜ ਜੇ ਆਪਾਂ ਦੇਖੀਏ ਤਾਂ ਉਹਦੇ ਖਿਲਾਫ਼ ਇਹ ਇਲਜ਼ਾਮ ਸੀ ਕਿ 2020 ਦੇ ਵਿੱਚ ਇੱਕ ਬੰਦੇ ਦਾ ਕਤਲ ਹੋਇਆ ਸੀ ਅਤੇ ਉਸ ਕਤਲ ਦੇ ਵਿੱਚ ਉਹ ਬੰਦਾ ਨਾਮਜ਼ਦ ਕੀਤਾ ਹੋਇਆ ਸੀ ਜੀ। ਜੇਲ੍ਹ ਦੇ ਵਿੱਚ ਸੀ, ਜੇਲ੍ਹ ਤੋਂ ਜ਼ਮਾਨਤ 'ਤੇ ਆਇਆ ਸੀ ਅਤੇ ਜ਼ਮਾਨਤ 'ਤੇ ਆਉਣ ਤੋਂ ਬਾਅਦ ਜਿਹੜੇ ਉਹ ਜਿਹੜਾ ਮੁੰਡਾ, ਉਹਦਾ ਨਾਂ ਕੋਈ ਮੰਜਾ ਕਹਿੰਦੇ ਆ, ਅਮਰਿੰਦਰ ਸਿੰਘ ਮੰਜਾ, ਅਮਰਿੰਦਰ ਸਿੰਘ ਮੰਜਾ ਦੇ ਰਿਸ਼ਤੇਦਾਰ ਜਿਹੜੇ ਸੀ ਉਹਨਾਂ ਨੇ ਉਹਦਾ ਕੁੱਟਕਟਾਪਾ ਕੀਤਾ ਜੀ। ਚਲੋ ਕੁੱਟਕਟਾਪਾ ਤਾਂ ਕਰਨਾ ਵੱਖਰੀ ਗੱਲ ਹੈ, ਜਦੋਂ 3-4 ਬੰਦੇ ਕਿਸੇ ਬੰਦੇ ਨੂੰ ਢਾਹ ਲੈਣ ਜੀ, ਢਾਹ ਕੇ ਅਤੇ ਬੇਦਰਦੀ ਦੇ ਨਾਲ ਉਹਦੀਆਂ ਲੱਤਾਂ ਬਾਹਾਂ ਵੱਢਣ ਲੱਗ ਜਾਣ, ਤੋੜਨ ਲੱਗ ਜਾਣ, ਅਤੇ ਉਹਦੀ ਫਿਰ ਇੱਕ ਰੀਲ ਬਣ ਜਾਏ ਜਾਂ ਉਹਦੀ ਆਪਣੀ ਇੱਕ ਵੀਡੀਓ ਬਣ ਜਾਏ, ਪੁਲਿਸ ਕਿੱਥੇ, ਅਤੇ ਵੀਡੀਓ ਜਿਹੜੀ ਹੈਗੀ ਹੈ ਜੀ ਉਹ ਵੀਡੀਓ ਫਿਰ ਇਸ ਤਰ੍ਹਾਂ ਹੋਵੇ, ਤਪ ਤੇਜ਼ ਕਿੱਥੇ ਰਹਿ ਗਿਆ। ਜਦੋਂ ਇਹ ਸ਼ਰੇ ਬਜ਼ਾਰ ਇਹ ਕੁਛ ਹੁੰਦਾ ਹੋਵੇ ਤਾਂ ਤਪ ਤੇਜ਼ ਕਿੱਥੇ ਰਹਿ ਗਿਆ। ਹੁਣ ਤਪ ਤੇਜ਼ ਜਿਵੇਂ ਆਪਾਂ ਪਹਿਲਾਂ ਕਹਿ ਰਹੇ ਕਿ ਜਿਹੋ ਜਿਹਾ ਸਰਕਾਰ ਦਾ ਹੁੰਦਾ ਹਿਸਾਬ ਕਿਤਾਬ ਉਹੀ ਨੀਚੇ ਆ ਜਾਂਦਾ, ਨੀਚੇ ਆ ਗਿਆ, ਨੀਚੇ ਵੀ ਉਹ ਆ ਜਾਂਦਾ, ਪਰ ਫਿਰ ਵੀ ਕਦੇ ਜਿਹੜਾ ਕਿਸੇ ਚੀਜ਼ ਦਾ ਬੀਨਾਸ ਖਤਮ ਨਹੀਂ ਹੁੰਦਾ। ਕੁਛ ਲੋਕ ਹੁੰਦੇ ਆ ਜਿਹੜੇ ਬੰਦਿਆਂ ਦਾ ਬੜਾ ਤਪ ਤੇਜ਼ ਹੁੰਦਾ, ਉਹਨਾਂ ਦਾ ਗੁਰੂ ਮਹਾਰਾਜ ਵੱਲੋਂ ਉਹਨਾਂ ਨੂੰ ਕੋਈ ਬਖਸ਼ਿਸ਼ ਹੁੰਦੀ ਹੈ। ਅੰਮ੍ਰਿਤਸਰ ਦੇ ਵਿੱਚੋਂ ਆਪਾਂ ਵਾਰ ਵਾਰ ਦੇਖਦੇ ਰਹੇ ਹਾਂ, ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਉਹ ਨਸ਼ੇ ਦੀ ਗੱਲ ਕਰਦੇ ਸੀ, ਹਾਂਜੀ, ਕਿ ਨਸ਼ਾ ਬਹੁਤ ਹੈ ਜੀ ਇੱਥੇ, ਇੱਥੇ ਬੜਾ ਬੁਰਾ ਹੋ ਰਿਹਾ, ਔਰ ਨਸ਼ਾ ਉੱਥੇ ਚੱਲਦਾ ਵੀ ਬਹੁਤ ਜ਼ਿਆਦਾ ਸੀ। ਪਰ ਦਾਨੇ ਵਾਲੀਆ ਸਾਹਿਬ, ਤੁਸੀਂ 15-20 ਦਿਨਾਂ ਤੋਂ ਪਿੱਛੇ ਕੱਢ ਕੇ ਦੇਖੋ, ਹੁਣ ਉੱਥੇ ਨਸ਼ੇ ਦੀਆਂ ਖੇਪਾਂ ਬੜੀਆਂ ਫੜੀਆਂ ਜਾ ਰਹੀਆਂ। ਠੀਕ ਹੈ। 7 ਕਿਲੋ, 8 ਕਿਲੋ ਹੈਰੋਨ ਫੜੀ ਜਾਂਦੀ ਹੈ ਜੀ, ਕਦੇ ਆਹ ਫੜੀ ਜਾਂਦੀ, ਕਦੇ ਆਹ ਫੜੀ ਜਾਂਦੀ। ਨਾਲ ਕੱਲ੍ਹ ਇੱਕ ਹੋਰ ਸਿਲਸਿਲਾ ਦੇਖਿਆ ਕਿ ਉੱਥੇ ਦਾ ਇੱਕ ਬੰਦਾ ਪਿਸਤੌਲ ਅੰਮ੍ਰਿਤਸਰੀਆ ਵੱਜਦਾ ਹੈ ਜੀ। ਪਿਸਤੌਲ ਅੰਮ੍ਰਿਤਸਰੀਆ ਜਿਹੜਾ ਹੈਗਾ ਉਹ ਅਸਲੇ ਉਸਲੇ ਦਾ ਕੰਮ ਕਰਦਾ ਹੈ, ਉਹ ਵੀ ਫੜਿਆ ਗਿਆ, ਗੈਂਗਸਟਰ ਹੈ।
ਉਹਨੂੰ ਇੱਥੋਂ ਨਹੀਂ ਜੀ ਫੜਿਆ, ਉਹਨੂੰ ਫੜ ਕੇ ਲੈ ਕੇ ਆਏ ਹੈ ਤੁਹਾਡਾ ਰੋਪੜ ਜ਼ਿਲ੍ਹੇ 'ਚੋਂ, ਮੇਰਾ ਖਿਆਲ ਉਹਨੂੰ ਲਿਆਦਾ ਫੜ ਕੇ ਖਰੜ ਤੋਂ। ਅੱਛਾ ਜੀ, ਖਰੜ ਤੋਂ ਉਹਨੂੰ ਫੜ ਕੇ ਲਿਆਂਦਾ, ਉਹਨਾਂ ਦਾ ਗੈਂਗ ਹੈ, ਉਹਨੂੰ ਆਪ ਨੂੰ ਫੜਿਆ ਅਤੇ ਚਾਰ ਬੰਦੇ, ਅਤੇ ਦੋ ਉਹਨਾਂ ਤੋਂ ਪਿਸਟਲ ਫੜੇ ਜੀ। ਠੀਕ ਹੈ, ਪਿਸਟਲ ਫੜੇ ਅਤੇ ਪਿਸਟਲ ਲੈਂਦੇ ਕਿੱਥੇ, ਉਹਨਾਂ ਨੇ ਮੱਧ ਪ੍ਰਦੇਸ਼ 'ਚੋਂ। ਅੱਛਾ ਜੀ, ਔਰ ਹੁਣ ਉਹ ਜਿਹੜੀ ਹੈਗੀ ਉਹਦੀ ਜਿਹੜੀ ਹੈ ਤਫਤੀਸ਼ ਕਰ ਰਹੀ ਹੈ ਪੁਲਿਸ ਕਿ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਕੀ ਕੁਨੈਕਸ਼ਨ ਹੈ, ਕਿੱਥੋਂ ਕਿੱਥੋਂ ਲੈ ਕੇ ਆਇਆ, ਕੀ ਕਾਰਵਾਈ ਹੈ ਜੀ। ਔਰ ਇਹ ਹੁਣ ਸਾਰਾ ਕੁਛ ਹੈ, ਇੰਨੇ ਜਿਹੜੇ 15 ਦਿਨਾਂ 'ਚ ਕਿਉਂ ਹੋ ਗਿਆ ਜੀ, ਇਹਦਾ ਕਾਰਨ ਹੈ ਕਿ ਉੱਥੇ ਜਿਹੜੇ ਇਸ ਵੇਲੇ ਦੇ ਪੁਲਿਸ ਕਮਿਸ਼ਨਰ ਹੈ ਜੀ, ਉਹਨਾਂ ਦਾ ਨਾਂ ਜਿਹੜਾ ਹੈਗਾ ਦਬਦਬਾ ਵੀ ਪੂਰਾ ਹੈ ਅਤੇ ਬੰਦੇ ਦੇ ਵਿੱਚ ਕੰਮ ਕਰਨ ਦੀ ਜਿਹੜੀ ਹੈਗੀ ਹੈ ਸਮਰੱਥਾ ਵੀ, ਸਮਰੱਥਾ ਵੀ ਹਾਂਜੀ। ਕਮਿਸ਼ਨਰ ਪੁਲਿਸ ਜਿਹੜੇ ਹੈਗੇ ਹੈ ਰਣਜੀਤ ਸਿੰਘ ਢਿੱਲੋਂ ਹੋਣੀ ਜੀ, ਔਰ ਰਣਜੀਤ ਸਿੰਘ ਢਿੱਲੋਂ ਉਹਨਾਂ ਦਾ ਮੈਂ ਵੇਖਿਆ ਜੀ ਪਹਿਲਾਂ ਵੀ ਇਹਨਾਂ ਦਾ ਕੰਮ ਕਾਰ ਦੇਖਿਆ ਬਹੁਤ ਪਹਿਲਾਂ ਦਾਨੇ ਵਾਲੀਆ ਸਾਹਿਬ, ਤੁਸੀਂ ਸ਼ਾਇਦ ਉਦੋਂ ਇੱਥੇ ਆਏ ਨਹੀਂ ਸੀ ਜੀ, ਇਹ ਉਦੋਂ ਵਿਜੀਲੈਂਸ ਦੇ ਵਿੱਚ DSP ਹੁੰਦੇ ਸੀ। ਠੀਕ ਹੈ, ਅਤੇ ਇਹਨਾਂ ਦੇ ਕੋਲ ਕੰਪਲੇਂਟ ਆ ਗਈ ਕਿ ਇੱਕ ਸਰਕਾਰੀ ਵਕੀਲ ਜੀ ਰਿਸ਼ਵਤ ਮੰਗਦਾ ਜੀ। ਅੱਛਾ, ਸਰਕਾਰੀ ਵਕੀਲ ਅਤੇ ਇੱਕ ਜੱਜ ਸਾਹਿਬ ਦਾ ਰੀਡਰ ਜਿਹੜਾ ਸਟੈਨੋ ਵਗੈਰਾ ਦੋਨੋਂ ਜਾਣੇ, ਇਹ ਉਸ ਵੇਲੇ ਸ਼ਾਇਦ ਪਟਿਆਲੇ ਲੱਗੇ ਹੁੰਦੇ ਸੀ ਅਤੇ ਉੱਥੋਂ ਇਹਨਾਂ ਨੂੰ ਇਹ ਟਾਸਕ ਮਿਲ ਗਿਆ ਲੈ ਕੇ ਅਤੇ ਇੱਥੇ ਆ ਗਏ ਜੀ। ਇੱਥੇ ਆ ਕੇ ਇਹਨਾਂ ਨੇ ਜੀ ਮਤਲਬ ਓਪਨ ਕੋਰਟ ਦੇ ਵਿੱਚ ਬੰਦਿਆਂ ਨੂੰ ਫੜ ਲਿਆ ਦੋਨਾਂ ਨੂੰ। ਅੱਛਾ, ਓਪਨ ਕੋਰਟ 'ਚ ਸਰਕਾਰੀ ਵਕੀਲ ਵੀ ਫੜ ਲਿਆ ਅਤੇ ਜਿਹੜਾ ਸਟੈਨੋ ਵੀ ਫੜ ਲਿਆ, ਫੜ ਕੇ ਲਿਆ ਕੇ ਅਤੇ ਉਹਨਾਂ ਨੂੰ ਜੀ ਪੈ ਗਿਆ ਰੌਲਾ ਉੱਥੇ। ਇਹ ਵੱਖਰੀ ਗੱਲ ਹੈ ਵੀ ਜੱਜ ਮਦਦ ਕਰਦਾ ਸੀ, ਉਹਨਾਂ ਨੇ ਵੇਲ ਵੀ ਲੈ ਲਈ ਉਹਨਾਂ ਦੀ, ਉਹ ਵੱਖਰੀ ਗੱਲ ਹੈ ਜਿਹਦੀ ਕੋਰਟ ਦੇ ਵਿੱਚ ਹੁੰਦਾ ਵੇ, ਪਰ ਜ਼ੁਰਤ ਤਾਂ ਦੇਖੋ ਨਾ ਕਿ ਚੱਲਦੀ ਅਦਾਲਤ ਦੇ ਵਿੱਚ ਜੇ ਬੰਦਾ ਮਤਲਬ ਇੰਨੀ ਜ਼ੁਰਤ ਕਰ ਸਕਦਾ ਤਾਂ ਕੀ ਹੈ, ਅਤੇ ਹੁਣ ਕਮਿਸ਼ਨਰ ਪੁਲਿਸ ਲੱਗੇ ਹੋਏ ਜੀ। ਇਸੇ ਤਰੀਕੇ ਮਤਲਬ ਆਪਾਂ ਇਹੀ ਕਹਾਂਗੇ ਕਿ ਸਰਕਾਰਾਂ ਦਾ ਅਸਰ ਜ਼ਰੂਰ ਹੁੰਦਾ, ਮਤਲਬ ਆਪਣੀ ਵਿਅਕਤੀਗਤ ਵੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ, ਔਰ ਵਿਅਕਤੀਗਤ ਤੁਹਾਡੀ ਆਪਣੀ ਸਥਿਤੀ ਵੀ ਹੁੰਦੀ ਹੈ। ਇਹਦੇ ਨਾਲ ਹੀ ਹੁਣ ਆਪਾਂ ਗੱਲ ਕਰ ਰਹੇ ਤਾਂ ਕੱਲ੍ਹ ਰਾਜਾ ਸਾਂਸੀ ਦੇ ਵਿੱਚ ਕੀ ਹੋਇਆ ਜੀ, ਹਾਂਜੀ ਰਾਜਾ ਸਾਂਸੀ ਦੇ ਵਿੱਚ ਉੱਥੇ ਇੱਕ ਦੋ ਫਰੀਕਾਂ ਦੀ ਆਪਸ ਵਿੱਚ ਝਗੜਾ ਹੋ ਗਿਆ, ਤੂੰ ਮੈਂ ਹੋ ਗਈ, ਤੂੰ ਮੈਂ ਹੁਣ ਤੋਂ ਬਾਅਦ ਇੱਕ ਬੰਦਾ ਜਿਹੜਾ ਪੀੜਿਤ ਪਰਿਵਾਰ ਹੈ, ਉਹ ਪੀੜਿਤ ਵਾਲਾ ਜੋ ਘਰੇ ਆਇਆ ਅਤੇ ਘਰੇ ਉਹਨੇ ਰਹਿ ਮਸ਼ਵਰਾ ਕੀਤਾ ਵੀ ਯਾਰ ਦੂਜੇ ਬੰਦੇ ਡਾਢੇ ਕਮਲੇ ਵਾਲੇ ਜੀ, ਮੇਰੇ ਤਾਂ ਮਗਰ ਪਏ ਵੀ ਮੈਂ ਟਲ ਜਾਂਦੇ ਹਾਂ ਦੋ ਦਿਨ, ਉਹ ਜੀ ਟਲ ਗਿਆ, ਉਹ ਕਿਸੇ ਰਿਸ਼ਤੇਦਾਰੀ ਚਲਾ ਗਿਆ, ਫਿਰ ਫੋਨ ਕਰਦੇ ਰਹੇ ਨਾ ਮਿਲਿਆ, ਅਖੀਰ ਜੀ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਬੰਦਾ ਘਰੇ ਅਤੇ ਕਹਿੰਦਾ ਡੱਬ ਕੇ ਬੰਦੇ ਘਰੇ ਆ ਗਏ ਜੀ, ਘਰੇ ਆ ਗਏ ਉਹਦੀ ਵਾਈਫ ਨੂੰ ਪੁੱਛਦੇ ਵੀ ਕਿਸੇ ਵਾਈਫ ਨੇ ਫੋਨ ਕੀਤਾ ਵੀ ਤਾਂ ਆ ਗਏ ਭਾਈ, ਤਾਂ ਉਹ ਕਹਿੰਦਾ ਵੀ ਚੱਲ ਕੋਈ ਨਹੀਂ ਮੁੜ ਬਣ ਜਾਣਗੇ। ਦਾਨੇ ਵਾਲੀਆ ਸਾਹਿਬ ਤੁਸੀਂ ਦੇਖੋ ਕਿ ਉਹ ਵਾਈਫ ਜਿਹੜੀ ਉਹਦੀ ਹੈ 35 ਸਾਲ ਵਿਚਾਰੀ ਦੀ ਉਮਰ ਹੈ ਅਤੇ 4 ਕੁ ਮਹੀਨਿਆਂ ਦੀ ਬੱਚੀ ਹੈ, ਉਹਨੂੰ ਦੁੱਧ ਚੁਕਾ ਰਹੀ ਹੈ ਜੀ, ਅਤੇ ਦੁੱਧ ਚੁਕਾਉਂਦੀ ਗੋਲੀਆਂ ਮਾਰਤੀਆਂ, ਦੱਸੋ ਉਹਦੀ ਮੌਤ ਹੋ ਗਈ। ਫਿਰ ਇਵੇਂ ਜਿਵੇਂ ਹਰਗੋਬਿੰਦ ਸਾਹਿਬ ਦੇ ਵਿੱਚ ਉੱਥੇ ਪਾਣੀ ਦਾ ਝਗੜਾ ਹੈ, ਖਾਲ ਦਾ ਝਗੜਾ ਹੈ, ਖਾਲ ਦੇ ਝਗੜਿਆ ਦੋ ਬੰਦਿਆਂ ਦਾ ਹੈ ਜਿਹੜੇ ਪਿੰਡ ਬਿੱਠਵਾਂ ਪਿੰਡ ਆ, ਕੋਈ ਇਹੋ ਜਿਹਾ ਪਿੰਡ ਹੈ, ਉੱਥੇ ਦਾ ਝਗੜਾ ਹੈ, ਉਹਦੇ ਵਿੱਚ ਉੱਥੇ ਚੱਲੀਆਂ ਜੀ ਤਾਬੜ ਤੋੜ ਗੋਲੀਆਂ, ਕਹਿੰਦੇ ਛਲਨੀ ਕਰਤੀ, ਛਲਨੀ ਕਰਤੀ ਕਾਰ, ਛਲਨੀ ਕਰਤੀ 60 ਦੇ ਕਰੀਬ ਜੋ ਖਬਰਾਂ ਆਈਆਂ ਵੀ 60 ਦੇ ਕਰੀਬ ਉੱਥੇ ਫਾਇਰ ਹੋਏ ਹੈ, ਔਰ ਦੋ ਬੰਦੇ ਉੱਧਰੋਂ ਅਤੇ ਦੋ ਉੱਧਰੋਂ, 4 ਬੰਦੇ ਮਰ ਗਏ ਜੀ। ਹੁਣ ਬੰਦੇ ਕੌਣ ਆ ਉਹਨਾਂ ਦੇ ਵਿੱਚੋਂ? ਇੱਕ ਬੰਦਾ ਕਿਸੇ ਵੇਲੇ ਕਾਂਗਰਸ ਦਾ, ਕਾਂਗਰਸ ਪਾਰਟੀ ਦੇ ਨਾਲ ਰਿਲੇਟਡ ਹੁੰਦਾ ਸੀ ਅਤੇ ਮਾਰਕੀਟ ਕਮੇਟੀ ਦਾ ਉਪ ਚੇਅਰਮੈਨ ਸੀ ਜੀ। ਜਦੋਂ ਆਮ ਆਦਮੀ ਪਾਰਟੀ ਬਣੀ ਅਤੇ ਚੱਲੀ, ਉਹ ਹਨੇਰੀ ਚੱਲੀ ਅਤੇ ਹਨੇਰੀ ਵੇਲੇ ਉਹ ਆਮ ਆਦਮੀ ਪਾਰਟੀ ਵਾਲੇ ਪਾਸੇ ਹੋ ਗਿਆ। ਹੁਣ ਉਹ ਜਿਹਨਾਂ ਬੰਦਿਆਂ ਦਾ ਰੌਲਾ ਸੀ ਦੋਨੇ ਜੇ ਉਹਦੇ ਜੀ, ਅਤੇ ਮਾਰੇ ਕੌਣ ਗਏ? ਤੁਹਾਡੇ ਮੇਰੇ ਯਾਰ ਕੇ ਉਹ ਬੰਦੇ ਮਾਰੇ ਗਏ, ਔਰ ਉਹਦੇ 'ਚ ਅਸਲਾ ਜਿਹੜੇ ਤੁਹਾਡੇ ਲਾਇਸੈਂਸੀ ਅਸਲੇ ਹੈ ਉਹਦੀ ਵਰਤੋਂ ਹੋਈ ਹੈ ਜੀ, 12 ਬੋਰਾਂ ਦੀ ਵੀ ਹੋਈ ਹੈ ਅਤੇ ਪਿਸਤੌਲਾਂ ਵਗੈਰਾ ਦੀ ਵੀ ਹੋਈ ਹੈ। ਹੁਣ ਇਹ ਵੀ ਦੇਖ ਲਓ, ਫਿਰ ਤੁਸੀਂ ਹੋਰ ਦੇਖੋ ਵੀ ਉਹ ਪਟਿਆਲੇ ਦੇਖੋ ਕਾਰ ਕਿਵੇਂ ਦਬੱਲੀ ਫਿਰਦਾ ਸੀ, ਕੋਈ ਪੁਲਿਸ ਵਾਲੇ ਨਹੀਂ ਨੇੜੇ ਆਏ ਉਹਦੇ, ਦੱਸੋ ਕਿੰਨਾ ਕੋਈ ਦਰੜਤਾ ਉਹਨੇ ਜਿਉਂ ਲੱਗਿਆ। ਦੁੱਖ ਨਿਵਾਰਨ ਗੁਰਦੁਆਰੇ ਤੋਂ ਦੋ ਮੁੰਡੇ ਹਰਿਆਣੇ ਦੀ ਗੱਡੀ ਵਾਲੇ, ਅੱਜ ਜਿਹੜੀਆਂ ਚਿੱਟੀਆਂ ਅਕਾਲੀਆਂ ਥਾਰਾਂ ਵਾਲਿਆਂ ਦੀ ਤਾਂ ਦਹਿਸ਼ਤੀ ਬਹੁਤ ਜ਼ਿਆਦਾ, ਇਹਨਾਂ ਨੂੰ ਕੋਈ ਨਹੀਂ ਪੁੱਛਦਾ, ਨੰਬਰ ਹੈ ਨਹੀਂ ਜੀ ਗੱਡੀਆਂ ਦੇ ਉੱਤੇ, ਦੱਸੋ
ਲਾਲ ਬੱਤੀਆਂ ਹਰੇਕ ਹੀ ਲਾਈ ਫਿਰਦਾ, ਲਾਲ ਨੀਲੀ ਬੱਤੀ ਜਿਹਦਾ ਜੀ ਕਰਦਾ, ਕਾਲੇ ਸ਼ੀਸ਼ੇ, ਕੋਈ ਨਹੀਂ ਪੁੱਛਦਾ, ਥਾਣਿਆਂ ਦੇ ਅੱਗੇ ਪੜਾਕੇ ਮਾਰੀ ਜਾਂਦੇ ਨੇ। ਹੁਣ ਤੁਸੀਂ ਦੇਖੋ ਜੇ ਇੰਨਾ ਇੰਨਾ ਕੁਛ ਹੋਣ ਲੱਗ ਗਿਆ, ਤੁਸੀਂ ਅੱਠ ਬੱਚਿਆਂ ਵਾਲੀ ਗੱਲ ਕਰੀ ਜਾਂਦੇ ਹੋ, ਕਤਲੋ ਗਾਰਤ ਹੋ ਰਹੀ ਹੈ, ਆਮ ਬੰਦੇ ਦੇ ਵਿੱਚ ਚਿੰਤਾ ਕਿੰਨੀ ਹੋਊਗੀ ਜੀ? ਜਿਹੜੇ ਪੀਸਫੁੱਲ ਲੋਕ ਆ ਅਤੇ ਜਿਹੜੀਆਂ ਆ ਵਾਲੀਆਂ ਵੂਲੀਆਂ ਪੱਟਣ ਵਾਲੀ ਤਾਂ ਗੱਲ ਹੀ ਨੇਰੀ ਠਾ ਦਿਓ, ਇਹ ਤਾਂ ਹੁਣ ਤੁਸੀਂ ਸਾਡੇ ਗੁਆਂਢ ਦੇ ਵਿੱਚੋਂ, ਮੈਨੂੰ ਤਾਂ ਗੱਲ ਕੀਤਾ ਆਪਣੀ ਆਦਰਸ਼ ਨਗਰ ਦੀ ਇੱਕ ਬੀਬੀ ਦੀ ਵੀਡੀਓ ਆਈ ਜਾਂਦੀ ਸੀ, ਹਾਂਜੀ, ਕਿ ਜੀ ਉਹਦੀਆਂ ਵਾਲੀਆਂ ਪੱਟ ਕੇ ਲੈ ਗਏ। ਸਾਡੇ ਗੁਆਂਢ ਦੇ ਵਿੱਚ ਵੀ ਇੱਕ ਬੀਬੀ ਹੈ, ਉਹ ਬਜ਼ੁਰਗ ਸੀ ਵਿਚਾਰੀ, ਗੱਲ ਤੁਹਾਡੇ ਪਰਸੋਂ ਦੀ ਗੱਲ ਹੈ, ਸ਼ਾਮ ਨੂੰ ਤੁਹਾਡੇ ਘਰ ਕੋਲੇ ਮੈਂ ਦੱਸਦਾ, ਮੂੰਹ ਢੱਕਿਆ ਹੋਇਆ, ਬੁੱਕਲ ਮਾਰੀ ਵੀ, ਹੁਣ ਆਹ ਦੱਸੋ ਵੀ ਕੋਈ ਰੋਤਾ ਬੁੱਕਲ ਮਾਰਨ ਦੀ? ਮੋਟਰਸਾਈਕਲ ਦੇ ਕੋਈ ਨੰਬਰ ਨਹੀਂ, ਅੱਗੇ ਨਹੀਂ ਪਿੱਛੇ ਨਹੀਂ ਜੀ, ਤੇ ਜਿੱਥੇ ਉਹ ਮੰਦਰ ਹੈ ਤੁਹਾਡੇ ਘਰ ਨੂੰ ਮੁੜਦੇ ਆ ਜਦੋਂ, ਹਾਂਜੀ ਹਾਂਜੀ, ਉੱਥੇ ਇੱਕ ਹੋਰ ਖੜਾ, ਉਹਦੇ ਵੀ ਮੋਟਰਸਾਈਕਲ ਦੇ ਕੋਈ ਨੰਬਰ ਨਹੀਂ, ਉੱਥੇ ਆ ਕੇ ਬ੍ਰੇਕ ਮਾਰੇ, ਫਿਰ ਮੈਂ ਅੱਗੇ ਲੰਘ ਗਿਆ ਜੀ, ਤੇ ਮੈਂ ਉਹਦੀ ਵੀਡੀਓ ਬਣਾਈ, ਕੋਈ ਉਹਦਾ ਦੇਖ ਲਓ, ਉਹਨੇ ਹੈ ਹੀ ਕੁਛ ਨਹੀਂ। ਮੈਂ ਫਿਰ ਇਹ ਚੌਥੇ ਦੀ ਗੱਲ, ਚੌਥੇ ਦੀ ਸਾਡੇ ਘਰ ਦੇ ਕੋਲ ਇੱਕ ਬੀਬੀ ਹੈ, ਹਾਂਜੀ, ਉਹ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਵਾਸਤੇ ਗਈ ਹੈ ਜੀ, ਜਦੋਂ ਮੁੜ ਕੇ ਫਾਊਂਟੇਨ ਪੰਪ ਆਪਣਾ ਪਾਰਕ ਕੋਲੇ ਕੋਈ ਆਈ ਤਾਂ ਉਹਦੀਆਂ ਦੋਨੇ ਵਾਲੀਆਂ ਪੱਟ ਕੇ ਲੈ ਗਈ। ਦੱਸੋ, ਕੱਲ੍ਹ ਦੀ ਜਿਹੜੀ ਖਬਰ ਇੱਕ ਹੋਰ ਆਈ ਜਾਂਦੀ ਸੀਗੀ ਸੋਸ਼ਲ ਮੀਡੀਆ 'ਤੇ, ਅੱਜ ਅਖਬਾਰਾਂ 'ਚ ਵੀ ਲੱਗੀ, ਆਦਰਸ਼ ਨਗਰ ਦੇ ਵਿੱਚ ਇੱਕ ਬੀਬੀ ਹੈ, ਉਹਦੀਆਂ ਵਾਲੀਆਂ ਪੱਟ ਕੇ ਲੈ ਗਏ, ਪਰ ਉਹਦੇ 'ਚ ਗੱਲ ਇਹ ਨਹੀਂ ਹੋਊਗੀ, ਸੀਸੀਟੀਵੀ ਕੈਮਰੇ ਜਿਹੜੇ ਲੱਗੇ ਸੀ ਉਹਨਾਂ 'ਚ ਸ਼ਕਲਾਂ ਸਾਫ ਆ ਗਈਆਂ ਜੀ। ਮਤਲਬ ਕਿੰਨਾ ਕੁਛ ਹੋ ਹੀ ਜਾਂਦਾ, ਤੁਸੀਂ ਇਹ ਵੀ ਕੋਈ ਕਿਸੇ ਨੂੰ ਡਰਪਾ ਹੀ ਹੈ ਨਹੀਂਗਾ, ਇਹਦੇ 'ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਡੀਜੀਪੀ ਸਾਹਿਬ ਨੇ ਹੁਣ ਉਹ ਗਾਰਡ ਪਾ ਗਿਆ ਸੀ, ਪਿਛਲੀ ਵਾਰੀ ਵੀ 10,000 ਅਸੀਂ ਬੰਦਿਆਂ ਨੂੰ ਬਦਲ ਰਹੇ, ਮੇਰੇ ਖਿਆਲ ਜੀ ਬਦਲੀਆਂ ਤਾਂ ਵਿੱਚ ਹੀ ਰਹਿ ਜੀ, ਉਹ ਤਾਂ ਬਦਲੀ ਤਾਂ ਕਿਸੇ ਦੀ ਕੋਈ ਹੋਈ ਨਹੀਂ ਗੀ। ਚੀਫ ਮਿਨਿਸਟਰ ਸਾਹਿਬ ਨੇ ਜਵਾਬ ਤਾਂ ਉਦੋਂ ਕਹਿੰਦਾ ਸੀਗਾ ਜੀ, ਤਾਂ ਮਤਲਬ ਜਿਹੜੇ ਹੈਗੇ ਬੰਦੇ ਸਾਡੇ ਥੱਲੇ ਨਸ਼ੇ ਪੱਤਾ ਕੰਮ ਵਾਲਿਆਂ ਨਾਲ ਰਲੇ ਹੋਏ ਹੋਏ, ਹਾਂਜੀ, ਅਤੇ ਅਗਲੇ ਦਿਨ ਡੀਜੀਪੀ ਸਾਹਿਬ ਨੇ ਕੰਟਰਡਿਕਟ ਕਰਤਾ ਸੀ, ਹਾਂਜੀ, ਨਹੀਂ ਵਧੀਆ। ਕੰਟਰਡਿਕਟ ਕਰਨ ਦੇ ਬਾਵਜੂਦ ਮੈਂ ਅੱਜ ਹੀ ਸਵੇਰੇ ਵੇਖਿਆ, ਮੈਂ ਕਿਹਾ ਯਾਰ ਚਲੋ ਇੱਕ ਦੋ ਬੰਦੇ ਨੂੰ ਪੁੱਛੀਏ, ਤਾਂ ਤੁਹਾਡੇ ਬਦਲੀਆਂ ਕਿੰਨੀਆਂ, ਬਦਲੀ ਹੋਈ ਕੋਈ ਨਹੀਂ ਜੀ, ਇਹਦਾ ਮਤਲਬ ਇਹ ਹੈ ਕਿ ਜਿਵੇਂ ਜੈਸੇ ਥੇ ਉਵੇਂ ਹੀ ਚੱਲੀ ਜਾਂਦਾ ਕੰਮ। ਅਰੇ ਬਹੁਤ ਖਤਰਨਾਕ ਹੈ, ਕਿਉਂਕਿ ਜਦੋਂ ਲਾਅ ਐਂਡ ਆਰਡਰ ਖਰਾਬ ਹੋ ਜੇ ਜੀ, ਉਦੋਂ ਸਰਕਾਰ ਦੀ ਭਰੋਸੇਯੋਗਤਾ ਜ਼ੀਰੋ ਹੋ ਜਾਂਦੀ ਜੀ। ਜੀ, ਇਧਰ ਮਾਨ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ। ਅੱਜ ਇੱਕ ਨਵੀਂ ਹੋਰ ਆ ਗਿਆ ਜੀ, ਜੀ, ਭਾਜਪਾ ਦੇ ਜਿਹੜੇ ਸਿੱਖ ਆਗੂ ਨੇ ਪੰਜਾਬ ਦੇ ਵਿੱਚ, ਹਾਂਜੀ, ਉਹਨਾਂ ਨੂੰ ਧਮਕੀ ਭਰਿਆ ਪੱਤਰ ਆ ਗਿਆ ਵੀ ਭਾਈ ਜਿਹੜਾ ਹੈਗਾ ਅਸੀਂ ਤੁਹਾਨੂੰ ਮਾਰ ਦਿਆਂਗੇ। ਕਿਉਂ, ਕਾਰਨ ਨਹੀਂ ਦੱਸਿਆ? ਕਾਰਨ ਬਸ ਕਹਿੰਦੇ ਬਰਦਾਸ਼ਤ ਨਹੀਂ ਹੁੰਦਾ, ਤੁਸੀਂ ਜਿਹੜੀ ਪਾਰਟੀ ਨਾਲ ਤੁਰੇ ਫਿਰਦੇ ਹੋ, ਇਹ ਚਿੱਠੀ ਜਿਹੜੀ ਆਈ ਹੈ ਬੀਜੇਪੀ ਨੂੰ ਛੱਡ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਇਹ ਦੁਨੀਆ ਹੀ ਛਡਾ ਦੇਵਾਂਗੇ। ਪੰਜਾਬ ਦੇ ਕਿਸਾਨ ਭਾਈਆਂ ਦੇ ਅੰਦੋਲਨ ਨੂੰ ਵੀ ਤੁਸੀਂ ਖੇਰੂ ਖੇਰੂ ਕਰਨ ਦੇ ਲਈ ਬੀਜੇਪੀ ਸਰਕਾਰ ਨਾਲ ਮਿਲ ਕੇ ਕੁਝੀਆਂ ਚਾਲਾਂ ਚੱਲੀਆਂ, ਤੁਸੀਂ ਸਿੱਖ ਕੌਮ ਦੇ ਗਦਾਰ ਹੋ, ਆਰਡੀਨੈਂਸਾਂ ਅਤੇ ਬੀਜੇਪੀ ਦੇ ਮਗਰ ਲੱਗ ਕੇ ਤੁਸੀਂ ਪੰਜਾਬ ਦੀਆਂ ਧਿਰਾਂ ਨੂੰ ਗੁੰਮਰਾਹ ਕਰ ਰਹੇ ਹੋ, ਇਸ ਤਰ੍ਹਾਂ ਦੀ ਚਿੱਠੀ ਲਿਖੀ ਹੈ ਜੀ, ਹੱਥ ਲਿਖਤਾ ਜੀ। ਜੇ ਚਲੋ ਹੱਥ ਲਿਖਤਾ ਜੀ, ਇਹੋ ਜਿਹੀਆਂ ਚਿੱਠੀਆਂ ਆਉਣ ਲੱਗ ਗਈਆਂ ਤਾਂ ਫਿਰ ਤਾਂ ਮਤਲਬ ਆਪਾਂ ਰਾਹ ਪੱਧਰਾ ਕਰੀਏ ਨੇ ਕੇਂਦਰ ਦੀ ਦਖਲ ਅੰਦਾਜ਼ੀ ਦਾ ਜੀ, ਕਿਉਂਕਿ ਕੱਲ੍ਹ ਜਾਖੜ ਸਾਹਿਬ ਅਤੇ ਆਪਣੇ ਰਵਨੀਤ ਬਿੱਟੂ ਜਦੋਂ ਮਿਲ ਕੇ ਆਏ ਹੈ ਜੀ, ਉਦੋਂ ਕਹਿੰਦੇ ਇਹਨਾਂ ਨੇ ਇਹ ਵੀ ਕਿਹਾ ਵੀ ਜੀ ਪੰਜਾਬ ਦੀ ਸਿਚੁਏਸ਼ਨ ਜਿਹੋ ਜਿਹੀ ਹੈਗੀ ਹੈ, ਇਹਨੂੰ ਮੱਦੇ ਨਜ਼ਰ ਰੱਖਦਾ ਵਾ, ਤੁਸੀਂ ਗ੍ਰਹਿ ਵਿਭਾਗ ਨੂੰ ਪੱਤਰ ਲਿਖੋ ਜੀ, ਗਵਰਨਰ ਚਲੋ ਤੁਸੀਂ ਅਸੀਂ ਤਾਂ ਜੋ ਮਰਜ਼ੀ ਗਏ, ਜੇ ਗਵਰਨਰ ਸਾਹਿਬ ਚਿੱਠੀ ਲਿਖਦੇ ਆ ਗ੍ਰਹਿ ਵਿਭਾਗ ਨੂੰ ਤਾਂ ਦਾਨੇ ਵਾਲੀਆਂ ਸਾਹਿਬ ਉਹਦਾ ਕੋਈ ਪ੍ਰਭਾਵ ਹੁੰਦਾ ਜੀ ਜੀ, ਤਾਂ ਇਹਦੀ ਇਸ ਕਿਸਮ ਦੀਆਂ ਚਿੱਠੀਆਂ ਆਉਣਗੀਆਂ ਤਾਂ ਇਹ ਫਿਰ ਹਾਲਾਤ ਬਹੁਤ ਖਰਾਬ ਹੋ ਸਕਦੇ। ਇਹ ਤਾਂ ਹੋਰ ਪੋਸਟਲ ਲੈਟਰ ਹੈ, ਪੋਸਟਲ ਲੈਟਰ ਦੱਸੋ, ਬੁਰਾ ਹਾਲ ਹੈ ਫਿਰ ਇਹਦਾ ਮਤਲਬ ਜੀ। ਅਤੇ ਇੱਧਰ ਫਿਰ ਕਿਸਾਨ ਇੰਡੀਆ ਗੱਠਜੋੜ ਦੇ ਪਾਰਲੀਮੈਂਟ ਮੈਂਬਰਾਂ ਨੂੰ ਕਿਉਂ ਮੰਗ ਪੱਤਰ ਦੇ ਕੇ ਆਏ ਜੀ? ਦੇਖੋ ਮੈਨੂੰ ਵੀ ਹੈਰਾਨੀ ਇਸ ਗੱਲ ਦੀ ਹੋਈ ਵੀ ਕਿ ਇਹ ਕਿਸਾਨ ਜਿਹੜਾ ਹੈ ਨਾ ਜੀ, ਜਿਹੜਾ ਗੈਰ ਸਿਆਸੀ ਕਿਸਾਨ ਮੰਚ ਹੈ, ਮੋਰਚਾ ਹੈ, ਆਪਣੇ ਡੱਲੇਵਾਲ ਸਾਹਿਬ ਹੋ ਗਏ, ਹਾਂਜੀ, ਜਿਹੜੇ ਹੁਣ ਤੋਂ ਬੈਠੇ ਨੇ, ਜਿਹੜੇ ਬੈਠੇ ਆ ਮਤਲਬ ਬਾਰਡਰ ਤੇ ਬੈਠੇ ਆ, ਛੰਭੂ ਔਰ ਖਨੌਰੀ, ਖਨੌਰੀ ਦੇ ਨਾਲ ਹੀ ਇਹਨਾਂ ਦੇ ਹੋ ਗਏ, ਗੱਬਲੀ ਵੀ ਬੈਠੇ ਨੇ, ਹਾਂਜੀ, ਸਰਬਣ ਸਿੰਘ ਪੰਧੇਰ ਹੋਣੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ, ਇਹਨਾਂ ਨੇ ਕੱਲ੍ਹ ਸਾਰੇ ਦੇਸ਼ ਦੇ ਵਿੱਚ ਜਿਹੜੇ ਇੰਡੀਆ ਗੱਠਜੋੜ ਵਾਲੇ ਪਾਰਲੀਮੈਂਟ ਦੇ ਮੈਂਬਰ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਜੀ।
ਪੰਜਾਬ ਦੇ ਵਿੱਚ ਲਗਭਗ ਸਾਰਿਆਂ ਨੂੰ ਦਿੱਤੇ ਹੈ। ਠੀਕ ਹੈ। ਅੰਮ੍ਰਿਤਪਾਲ ਸਿੰਘ ਕਿਉਂਕਿ ਜੇਲ੍ਹ ਦੇ ਵਿੱਚ ਹੈ, ਉਹਨਾਂ ਦੇ ਕੋਲ ਤਾਂ ਪੱਤਰ ਜਾ ਨਹੀਂ ਸਕਦਾ ਸੀ, ਲੇਕਿਨ ਉਹਨਾਂ ਦੇ ਘਰੇ ਚਲੇ ਗਏ ਜੀ। ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਮਾਪਿਆਂ ਨੂੰ ਮਤਲਬ ਜਿਹੜਾ ਜੀ ਉਹਨਾਂ ਨੇ ਮੰਗ ਪੱਤਰ ਸੌਂਪਿਆ, ਉਹਨਾਂ ਦੇ ਬਾਪੂ ਜੀ ਹੈ ਸਰਦਾਰ ਤਰਸੇਮ ਸਿੰਘ ਹੋਣੀ, ਉਹਨਾਂ ਨੇ ਰਿਸੀਵ ਕੀਤਾ। ਔਰ ਫਿਰ ਉੱਥੇ ਉਹਨਾਂ ਨੇ ਮਤਲਬ ਪਾਣੀ ਤਾਣੀ ਪੀਣ ਲੱਗ ਗਏ। ਅਤੇ ਕਈ ਵਾਰੀ ਜਿਹੜੇ ਆਪਣੇ ਬਾਹਲੇ ਮਤਲਬ ਕਾਲੇ ਹੁੰਦੇ ਨਾ ਪੱਤਰਕਾਰ, ਉਹ ਚੱਕਦੇ ਫੱਟੇ, ਲਓ ਜੀ ਕਿਸਾਨ ਪਹੁੰਚ ਗਏ ਜੀ, ਅਤੇ ਅੰਮ੍ਰਿਤਪਾਲ ਸਿੰਘ ਦੇ ਘਰ ਘੇਰ ਲਿਆ, ਅਤੇ ਇਹੋ ਜਿਹਾ ਕੁਛ ਕਰਨ ਲੱਗ ਗਏ। ਹੁਣ ਘਰ ਕਾਹਦੀ ਖਾਤਰ ਘੇਰਨਗੇ, ਬੰਦਾ ਤਾਂ ਹੈ ਨਹੀਂ, ਆਪ ਉਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਕਹੇ, ਸਭ ਨੂੰ ਉਹਨਾਂ ਨੇ ਆਪਦੇ ਮੰਗ ਪੱਤਰ ਦੇ ਦਿੱਤੇ ਜੀ। ਉਹ ਮੰਗ ਪੱਤਰ ਦੇਣ ਦਾ ਮਤਲਬ ਕੀ ਹੈ ਜੀ? ਆਪੋਜੀਸ਼ਨ ਵਾਲੇ ਨੇ ਰੂਲਿੰਗ ਪਾਰਟੀ ਨੂੰ ਕਿਉਂ ਨਹੀਂ ਦਿੱਤਾ? ਜਿਵੇਂ ਆ ਚਿੱਠੀ ਦਾ ਤੁਸੀਂ ਜ਼ਿਕਰ ਕਰਦੇ ਹੋ ਰੂਲਿੰਗ ਪਾਰਟੀ ਬਾਰੇ, ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਇਹਨਾਂ ਨੇ ਤਾਂ ਸਾਡਾ ਕੁਛ ਕਰਨਾ ਹੀ ਨਹੀਂ, ਐਨਡੀਏ ਵਾਲਿਆਂ ਨੇ ਕਰਨਾ ਨਹੀਂ, ਅਤੇ ਇੰਡੀਆ ਵਾਲਿਆਂ ਨੇ, ਕਿਉਂਕਿ ਇਹਨਾਂ ਨੇ ਪ੍ਰੋਮਿਸ ਕੀਤੇ ਸੀ ਜੀ, ਜਿਹੜੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਗੱਲ ਰਾਹੁਲ ਗਾਂਧੀ ਕਰਦਾ ਰਹੇ, ਉਹਨੇ ਜਿਹੜੀ ਪਿੱਛੇ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਧੰਨਵਾਦੀ ਮਤਾ ਪੇਸ਼ ਹੋਇਆ ਸੀ ਜੀ, ਉਸ ਧੰਨਵਾਦੀ ਮਤੇ ਦੇ ਉੱਤੇ ਵੀ ਜਦੋਂ ਉਹਨੇ ਆਪਣੀ ਗੱਲ ਰੱਖੀ ਹੈ, ਉਹਦੇ ਵਿੱਚ ਵੀ ਉਹਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਦੇ ਮੁਤਾਬਕ ਕਿਸਾਨਾਂ ਨੂੰ ਘੱਟੋ ਘੱਟ ਜਿਹੜਾ ਹੈਗਾ ਖਰੀਦ ਮੁੱਲ ਦਾ ਕਾਨੂੰਨੀ ਹੱਕ ਦਿਓ, ਇਹ ਕਾਨੂੰਨੀ ਹੱਕ ਦੇਣਾ ਬਣਦਾ ਹੈ। ਆਪ ਉਹਨਾਂ ਨੇ ਕਿਹਾ ਸੀ ਜੀ ਅਸੀਂ ਕਾਨੂੰਨੀ ਹੱਕ ਦੇਵਾਂਗੇ, ਕਰਜ਼ਾ ਮਾਫ਼ ਕਰਨ ਦੀ ਗੱਲ ਵੀ ਕਹੀ ਸੀ। ਔਰ ਹੁਣ ਇਹ ਉਹੀ ਮੰਗਾਂ ਤਾਂ ਉਹੀ ਕਿਸਾਨਾਂ ਦੀਆਂ, ਜਿਹੜੀਆਂ ਕਿਸਾਨਾਂ ਨੇ ਮੰਗਾਂ ਰੱਖੀਆਂ ਸੀ ਉਹੀ ਉਹ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਪਾਈ ਸੀ। ਪਰ ਕਿਉਂਕਿ ਉਹਨੇ ਕਾਂਗਰਸ ਪਾਰਟੀ ਨਹੀਂ, ਸਾਰਾ ਇੰਡੀਆ ਗਰੁੱਪ ਵਾਲੇ ਹੈ ਜੀ, ਪਰ ਲੋਕ ਸਭਾ ਦੇ ਵਿੱਚ ਵੱਡੀ ਪਾਰਟੀ ਕਾਂਗਰਸ ਪਾਰਟੀ ਹੈ, ਅਤੇ ਜਿਹੜਾ ਉਹਦਾ ਲੀਡਰ ਹੈ ਲੀਡਰ ਆਫ ਆਪੋਜੀਸ਼ਨ ਉਹ ਰਾਹੁਲ ਗਾਂਧੀ ਹੈ। ਇਸ ਕਰਕੇ ਇਹਨਾਂ ਨੇ ਜੀ ਸਾਰੇ ਬੰਦਿਆਂ ਨੂੰ ਜਿਹੜੀਆਂ ਦਿੱਤੀਆਂ ਨਾ ਆਪਣੀਆਂ ਚਿੱਠੀਆਂ ਦਿੱਤੀਆਂ, ਇਹਦਾ ਇੱਕ ਮਕਸਦ ਹੈ। ਮਕਸਦ ਹੈ ਉਹ ਇਹ ਚਾਹੁੰਦੇ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਪਾਰਲੀਮੈਂਟ ਦਾ ਮੈਂਬਰ ਜੀ ਇੱਕ ਪ੍ਰਾਈਵੇਟ ਜਿਹੜਾ ਹੈਗਾ ਬਿੱਲ ਪਾਰਲੀਮੈਂਟ ਦੇ ਵਿੱਚ ਪੇਸ਼ ਕਰੇ ਜੀ, ਔਰ ਉਹ ਪ੍ਰਾਈਵੇਟ ਬਿੱਲ ਜਦੋਂ ਪੇਸ਼ ਹੋਊਗਾ ਤਾਂ ਉਹਦੇ ਉੱਤੇ ਡਿਬੇਟ ਵੀ ਹੋਊਗੀ, ਅਤੇ ਉਹਦੇ 'ਤੇ ਫਿਰ ਵੋਟਿੰਗ ਵੀ ਹੋਊਗੀ ਜੀ। ਤਾਂ ਮੈਂ ਸਰਵਣ ਸਿੰਘ ਭੰਦੇਰ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਜੀ ਫਿਰ ਸਾਨੂੰ ਸ਼ਨਾਖਤ ਹੋਜੂਗੀ ਜੀ ਵੀ ਕਿਸਾਨਾਂ ਦੇ ਹੱਕ ਵਿੱਚ ਕੌਣ ਹੈ ਅਤੇ ਵਿਰੋਧ ਵਿੱਚ ਕੌਣ ਹੈ ਜੀ। ਜਿਨ੍ਹਾਂ ਨੇ ਤਾਂ ਉਸ ਪ੍ਰਾਈਵੇਟ ਬਿੱਲ ਦੇ ਹੱਕ ਵਿੱਚ ਵੋਟ ਪਾਤੀ ਉਹ ਤਾਂ ਮੰਨੇ ਜਾਣਗੇ ਕਿ ਕਿਸਾਨਾਂ ਦੇ ਹਮਾਇਤੀ ਹੈ ਜੀ ਜੀ, ਅਤੇ ਜਿਨ੍ਹਾਂ ਨੇ ਵੋਟ ਨਾ ਪਾਈ ਫਿਰ ਇਹ ਮੰਨਿਆ ਜਾਊਗਾ ਇਹ ਦੂਜੇ ਧੜੇ ਵਾਲੇ ਖੜੋਤੇ ਹੈ। ਫਿਰ ਕਹਿੰਦੇ ਕਿਸਾਨ ਉਹਨਾਂ ਨਾਲ ਭਾਈ ਵੋਟਾਂ ਵੇਲੇ ਹਿਸਾਬ ਕਿਤਾਬ ਕਰਿਆ ਕਰਨਗੇ ਵੀ ਕਿਹਨੂੰ ਪਿੰਡ 'ਚ ਵੜਨ ਦੇਣਾ ਅਤੇ ਕਿਹਨੂੰ ਕਿਸੇ ਨਹੀਂ ਵੜ ਦੇਣਾ। ਜੇ ਫਰਜ਼ ਕਰੋ ਵੀ ਕਾਂਗਰਸ ਆਪਣਾ ਬੀਜੇਪੀ ਦਾ ਵੀ ਕੋਈ ਪਾਰਲੀਮੈਂਟ ਦਾ ਮੈਂਬਰ ਉਹਦੇ ਹੱਕ ਵਿੱਚ ਵੋਟ ਪਾਉਂਦਾ ਹੈ ਜੀ, ਤਾਂ ਫਿਰ ਤਾਂ ਉਹਦੇ ਨਾਲ ਤਾਂ ਬਿਰਦਾਨੇ ਵਾਲੀਆਂ ਸਭ ਮੇਰੇ ਖਿਆਲ ਲਿਹਾਜ਼ ਰੱਖਣਗੇ ਨਾ ਵੀ ਭਾਈ ਤੇਰਾ ਵਿਰੋਧ ਨਹੀਂ ਪਿੰਡ 'ਚ ਆਉਣ, ਤੂੰ ਆ ਕੇ ਵੋਟਾਂ ਦੀਆਂ ਮੰਗ ਸਕਦਾ। ਔਰ ਇਹ ਪਾਰਲੀਮੈਂਟ ਦੇ ਮੈਂਬਰਾਂ ਲਈ ਵੀ ਬੜੀ ਪ੍ਰੋਬਲਮ ਖੜੀ ਹੋ ਜਾਣੀ ਹੈ ਜੀ, ਉਹਨਾਂ ਨੂੰ ਪਤਾ ਕਿ ਵੋਟਾਂ ਫਿਰ ਮੰਗਣ ਜਾਣਾ। ਹਾਂਜੀ। ਔਰ ਜਿਹੋ ਜਿਹੇ ਹਾਲਾਤ ਹੈ ਜਿਹੜੀ ਇਹ ਪਾਰਲੀਮੈਂਟ ਕਿੰਨਾ ਕੁ ਚਿਰ ਕੱਢੂਗੀ, ਕਿਸਾਨਾਂ ਨਾਲ ਕੋਈ ਵਿਗਾੜਨ ਦੇ ਹੱਕ ਵਿੱਚ ਨਹੀਂ ਹੋਊਗਾ ਜੀ। ਪਰ ਕੀ ਪ੍ਰਾਈਵੇਟ ਬਿੱਲ ਨੂੰ ਇੰਟਰਟੇਨ ਕਰਨਗੇ, ਸਵਾਲ ਵੱਡਾ ਇਹ ਹੈ। ਇਹਦੇ ਵਿੱਚੋਂ ਤੁਸੀਂ ਦੇਖੋ ਕਿ ਦੋ ਪ੍ਰਾਈਵੇਟ ਬਿੱਲ ਪਹਿਲਾਂ ਸਾਡੀ ਪੰਜਾਬ ਦੀ ਵਿਧਾਨ ਸਭਾ 'ਚ ਪਏ ਹੈ। ਹਾਂਜੀ। ਇੱਕ ਬਿੱਲ ਤਾਂ ਪਿਆ ਸੀਗਾ ਕਿ ਜਿਹੜਾ ਰਾਜਸਥਾਨ ਨੂੰ ਸਾਡਾ ਪੰਜਾਬ ਦਾ ਪਾਣੀ ਜਾਂਦਾ ਹੈ, ਹਾਂਜੀ, ਉਹ ਪਾਣੀ ਦਾ ਜਿੰਦੇ ਦਾ ਪਾਣੀ ਜਾਣ ਲੱਗਿਆ ਉਹਦੇ ਤੋਂ ਲੈ ਕੇ ਅੱਜ ਤੱਕ ਦਾ ਉਹਦੀ ਕੀਮਤ ਜਾਂ ਉਹਦੀ ਰੋਇਲਟੀ ਵਸੂਲੀ ਜਾਵੇ ਜੀ। ਮੇਰੇ ਖਿਆਲ ਦਾਨੇ ਵਾਲੀਆ ਸਾਹਿਬ ਇਹ ਜਿਹੜਾ ਹੈਗਾ ਪ੍ਰਾਈਵੇਟ ਬਿੱਲ ਰੱਖਿਆ ਸੀ ਬੈਂਸ ਭਰਾਵਾਂ ਨੇ, ਠੀਕ ਹੈ ਜੀ, ਠੀਕ ਹੈ। ਦੂਜਾ ਇੱਕ ਬਿੱਲ ਜਿਹੜਾ ਹੈਗਾ ਪਿੱਛੇ ਦੇ ਕੇ ਆਏ ਸੀ ਐਸੇ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਸਾਹਿਬ ਸੰਧਮਾ ਸਾਹਿਬ ਨੂੰ ਜੀ, ਉਹ ਦੇ ਕੇ ਆਏ ਸੀ ਸੁਖਪਾਲ ਸਿੰਘ ਖਹਿਰਾ, ਠੀਕ ਹੈ, ਅਤੇ ਨਾਲ ਗਏ ਸੀ ਉਹਨਾਂ ਦੇ ਪ੍ਰਤਾਪ ਸਿੰਘ ਬਾਜਵਾ। ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਕੀ ਕਿਹਾ ਸੀ, ਉਹਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਲੈਂਡ ਉਹਨਾਂ ਲੋਕਾਂ ਨੂੰ ਖਰੀਦਣ ਦੀ ਇਜਾਜ਼ਤ ਹੋਵੇ ਜਿਹੜੇ ਲੋਕ ਪੰਜਾਬ ਦੇ ਮੂਲ ਵਸਨੀਕ ਨੇ। ਬਾਹਰਲੇ ਲੋਕ ਆ ਜਾਣ, ਘਰ ਬਣਾ ਲੈਣ, ਬੈਠ ਜਾਣ ਆ ਕੇ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਉਹ ਇੱਥੇ ਦੀ ਐਗਰੀਕਲਚਰ ਲੈਂਡ ਨਾ ਖਰੀਦਣ ਜੀ। ਜਿਵੇਂ ਕਿ ਕਸ਼ਮੀਰ ਦੇ ਵਿੱਚ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦੇ ਸੀ, ਆਪਾਂ ਹਿਮਾਚਲ ਦੇ ਵਿੱਚ ਨਹੀਂ ਖਰੀਦ ਸਕਦੇ,
ਰਾਜਸਥਾਨ ਦੇ ਕੁਝ ਹਿੱਸਿਆਂ 'ਚ ਵੀ ਨਹੀਂ ਖਰੀਦ ਸਕਦੇ ਜੀ, ਪੰਜਾਬ ਦੇ ਵਿੱਚ ਨਾ ਖਰੀਦੀ ਜਾਵੇ ਉਹਨਾਂ ਨੇ ਆਪਣਾ ਹਾਲਾਂ ਇਹ ਰੈਗੂਲੇਸ਼ਨ ਉਹਨਾਂ ਨੇ ਆਪਣਾ ਜਿਹੜਾ ਹੈਗਾ ਮਤਾ ਦਿੱਤਾ ਹੋਇਆ ਅਤੇ ਇਸ ਮਤੇ ਨੂੰ ਹਾਲੇ ਤੱਕ ਮਤਲਬ ਜਿਹੜਾ ਅਸੈਂਬਲੀ ਦੇ ਵਿੱਚ ਡਿਸਕਸ ਹੀ ਨਹੀਂ ਕੀਤਾ, ਇਹ ਲੱਗਿਆ ਹੀ ਨਹੀਂਗਾ। ਇਸ ਤਰੀਕੇ ਨਾਲ ਭਾਵੇਂ ਕਿਸਾਨਾਂ ਨੇ ਜ਼ਰੂਰ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਕੋਈ ਮੈਂਬਰ ਪ੍ਰਾਈਵੇਟ ਬਿੱਲ ਪੇਸ਼ ਕਰ ਦੇਵੇ ਜੀ, ਔਰ ਇਹਦੇ 'ਚ ਮੇਰੇ ਖਿਆਲ ਮੁਤਾਬਕ ਜੇ ਪ੍ਰਾਈਵੇਟ ਬਿੱਲ ਪੇਸ਼ ਕਰਨ ਦੀ ਗੱਲ ਹੈ ਤਾਂ ਚਾਹੀਦਾ ਤਾਂ ਇਹ ਵੀ ਅਕਾਲੀ ਦਲ ਪੇਸ਼ ਕਰੇ। ਹਾਂ ਬਿਲਕੁਲ, ਜਿਵੇਂ ਅਕਾਲੀ ਦਲ ਹੁਣ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਨੂੰ ਤਾਂ ਤੋੜ ਵਿਛੋੜਾ ਹੋਇਆ, ਔਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬੜੀ ਵਧੀਆ ਤਰੀਕੇ ਦੇ ਨਾਲ ਇਹ ਗੱਲ ਪੇਸ਼ ਕਰਨੀ ਆਉਂਦੀ ਹੈ, ਠੀਕ ਹੈ, ਇਹ ਪੇਸ਼ ਕਰਦੇ ਨੇ ਅਤੇ ਇਹਦੇ ਮੇਰਾ ਖਿਆਲ ਹੈ ਵੀ ਜਿਹੜਾ ਇੰਡੀਆ ਗਰੁੱਪ ਹੈ ਜੀ, ਇੰਡੀਆ ਗਰੁੱਪ ਇਹਨਾਂ ਦਾ ਵਿਰੋਧ ਨਹੀਂ ਕਰ ਸਕਦਾ। ਹਾਂਜੀ, ਰਾਹੁਲ ਗਾਂਧੀ ਆਪੋਜੀਸ਼ਨ ਦਾ ਲੀਡਰ ਆ, ਉਹਨੂੰ ਵੀ ਇਹਦੇ ਹੱਕ 'ਚ ਬੋਲਣਾ ਪਊਗਾ ਜੀ ਜੀ, ਔਰ ਇਹਨਾਂ ਦੀ ਬੱਲੇ ਬੱਲੇ ਹੋ ਸਕਦੀ ਹੈ। ਜੇ ਹੋਰ ਇਹ ਨਹੀਂ ਪੇਸ਼ ਕਰਦੇ ਤਾਂ ਅੰਮ੍ਰਿਤਪਾਲ ਸਿੰਘ ਤਾਂ ਅੰਦਰ ਹੈ, ਅਤੇ ਫਿਰ ਮੇਰੀ ਤਾਂ ਇੱਛਾ ਇਹ ਹੈ ਵੀ ਫਿਰ ਭਾਈ ਸਰਬਜੀਤ ਸਿੰਘ ਖਾਲਸਾ ਪੇਸ਼ ਕਰਦੇ। ਹਾਂ ਬਿਲਕੁਲ, ਉਹ ਵੀ ਘੱਟੋ ਘੱਟ ਇਹ ਤਾਂ ਕਹਿ ਸਕਦਾ ਵੀ ਲਓ ਭਾਈ ਮੈਂ ਪੰਜਾਬ ਦੇ ਹੱਕ ਵਿੱਚ ਹਾਂ, ਕਿਉਂਕਿ ਬਾਕੀ ਤਾਂ ਫਿਰ ਉਹ ਬੰਨੇ ਹੋਏ ਆ ਨਾ ਤੁਹਾਡੇ ਡਿਸਿਪਲਿਨ ਦੇ, ਉਹ ਤਾਂ ਜੇ ਉੱਥੇ ਪੇਸ਼ ਕਰਨਾ ਤਾਂ ਫਿਰ ਰਾਹੁਲ ਗਾਂਧੀ ਨੂੰ ਪੇਸ਼ ਕਰੂ, ਹਾਂ ਉਹ ਕਰੂਗਾ, ਅਤੇ ਰਾਈਟ ਚਾਹੀਦਾ ਵੀ ਉਹਦਾ। ਜੇ ਆਪੋਜੀਸ਼ਨ ਦਾ ਲੀਡਰ ਆਪਦੇ ਵੱਲੋਂ ਪੇਸ਼ ਕਰਦਾ ਦਾਨੇ ਵਾਲੀਆ ਸਾਹਿਬ ਤਾਂ ਉਹ ਗੱਲ ਜ਼ਿਆਦਾ ਵਜਨਦਾਰ ਹੈ ਜੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।